ਹੋਰ ਵੀ ਪਤਾ ਚੱਲ ਉਪਰੇ ਹਣ ਥੋੜਾ ਪੀਸ ਥੋੜਾ ਇਧਰ ਕੱਢਾਓ ਆ ਹੱਥ ਨਾਲ ਰੱਖ ਲਓ ਮੋਢੇ ਤੇ ਭਾਈ ਜੀ ਯੈਸ ਸਾਹਮਣੇ ਤੁਸੀਂ ਅੱਗੇ ਆਓ ਥੋੜਾ ਜਿਹਾ ਜੀ ਮਰਿੰਦਰ ਪਿੱਛੇ ਹੋ ਆ ਭਾਈ ਜੀ ਨਾਲ ਇਧਰਲੇ ਪਾਸੇ ਲਿਓ ਮੋਢੇ ਦਾ ਗ੍ਰਿਪ ਕਰ ਲਓ ਨਾਲ ਕਲਗੀ ਥੱਲੇ ਕਰੋ ਯੈਸ ਫੇਸ ਸਮਾਈਲ ਜਿਹਾ ਰੱਖੋ ਸਾਹਮਣੇ ਦੇਖੋ ਯੈਸ ਸਮਾਈਲ ਯੈਸ ਵੇਟ ਯੈਸ ਹਾਂਜੀ ਸਾਹਮਣੇ ਦੇਖੇ ਕੋਈ ਫਿਰ ਯੈਸ ਹਾਂਜੀ ਭਾਈ ਦੇ ਫੇਸ ਵਾਲ ਦੇਖੋ ਮੈਮ ਨੀਚੇ ਦੇਖੋ ਭਾਈ ਦੇ ਫੇਸ ਵਾਲ ਦੇਖੋ ਥੋੜਾ ਅੱਗੇ ਆ ਜਾਓ ਥੋੜਾ ਜਿਹਾ ਅੱਗੇ ਨੂੰ ਆ ਜਾਓ ਯੈਸ ਉਧਰ ਦੇਖੋ ਭਾਈ ਫੇਸ ਵਾਲ ਯੈਸ ਸਮਾਈਲ ਫੇਸ ਸਮਾਈਲ ਯੈਸ ਭਾਈ ਲਾਓ ਵੀਡੀਓ ਸ਼ੋ ਲਾਓ ਕਰ ਮਾਰੀ ਕਰ ਕੇ ਲੈ ਲਓ ਫਿਟ ਮੈਂ ਕਰ ਦਿੰਦਾ ਥੋੜੀ ਮੂਵਮੈਂਟ ਹੀ ਕਰੋ ਐਦਾਂ ਹਾਂਜੀ ਯੈਸ ਉਧਰੇ ਉਧਰੇ ਕਲਗੀ ਵੱਲ ਦੇਖੋ ਤੁਸੀਂ ਲਗਾਓ ਮਾੜੀ ਜੀ ਹਾਂਜੀ ਪੱਲਾ ਮਾੜੇ ਖਿੱਚੋ ਅੱਗੇ ਨੂੰ ਯੈਸ ਓਕੇ ਜੀ ਇਹ ਉੱਪਰ ਕਿਉਂ ਰੱਖਿਆ ਜੀ ਤੁਸੀਂ ਬਾਂਹ ਤੋਂ ਥੱਲੇ ਨੂੰ ਲਟਕਾ ਦਿਓ ਨਹੀਂ ਨਹੀਂ ਆਹ ਦੇਖੋ ਇੱਥੇ ਇੱਦਾਂ ਹੀ ਰੱਖਣਾ ਭਾਜੀ ਇਹ ਸਾਰਾ ਦਿਨ ਇੱਦਾਂ ਹੀ ਲਮਕਦਾ ਰਹਿਣਾ ਅੱਜ ਇੱਦਾਂ ਹੀ ਰੱਖਣਾ ਜੀ ਰੱਖੋ ਰੱਖੋ ਮੋਢੇ 'ਤੇ ਰੱਖੋ ਦੋ ਜਾਣੀਆਂ ਅੱਗੇ ਕਰ ਦਿਓ ਬਾਂਹ ਦੇ ਅੰਦਰਲੇ ਪਾਸੇ ਦੂਜਾ ਸਟਾਲ ਚੁਕਾਏ ਦਾ ਭਾਵੇਂ ਲੋੜ ਤਾਂ ਬਾਅਦ 'ਚ ਪੈਣੀ ਆ ਚੁਕਾ ਦੇ ਮੈਂ ਯੈਸ ਭਾਈ ਸਾਹਮਣੇ ਦੇਖਿਓ ਇਹਦਾ ਟੋਨੀ ਭਾਜੀ ਯੈਸ ਹਾਂਜੀ ਐਦੀ ਰੱਖਣਾ ਜੀ ਫੇਸ ਸਾਹਮਣੇ ਦੇਖਿਓ ਸਮਾਈਲ ਫੇਸ ਰੱਖੋ ਐਦੀ ਰਹਿਣਾ ਜੀ ਠੀਕ ਹੈ ਜੀ ਲਾ ਲਓ ਠੀਕ ਹੈ ਜੀ ਠੀਕ ਹੈ ਇੱਧਰ ਦੇਖੋ ਮੰਮੀ ਜੀ ਸਾਹਮਣੇ ਹਾਂਜੀ ਭਾਅ ਜੀ ਤੁਸੀਂ ਵੀ ਸਾਹਮਣੇ ਟੋਨੀ ਭਾਅ ਜੀ ਸਾਹਮਣੇ ਦੇਖਿਓ ਯੈਸ ਇੱਦਾਂ ਰਹਿਣਾ ਜੀ ਇੱਦਾਂ ਭਾਅ ਜੀ ਬੈਕ ਤੋਂ ਮਾਤਾ ਦੇ ਨਾਲ ਇੱਦਾਂ ਰੱਖ ਲਓ ਥੋੜ੍ਹਾ ਕਲੋਜ਼ ਹੋ ਜਾਇਓ ਨਾਲ ਲਿਓ ਫੇਸ ਦੇਖੋ ਮਾਤਾ ਜੀ ਇੱਧਰ ਯੈਸ ਹਾਂਜੀ ਕਰੋ ਜੀ ਹਾਂ ਦਿਓ ਪਾਲੀ ਸਾਈਡ ਚੱਲ ਜਾ ਪਾਲੀ ਸਾਈਡ ਤੋਂ ਲਾਈਨ ਛੋੜ ਪੱਖਾ ਬੰਦ ਕਰਾ ਲਓ ਮਾਤਾ ਚੁੰਨੀ ਉੜੀ ਜਾਂਦੀ ਆ ਦੇਖੋ ਪੱਖਾ ਬੰਦ ਕਰਾ ਲਓ ਸਾਹਮਣੇ ਇਸ ਕੈਮਰੇ 'ਚ ਦੇਖਿਓ ਭਾਅ ਜੀ ਤੁਸੀਂ ਵੀ ਹਾਂਜੀ ਆ ਰੱਖੋ ਜੀ ਨਾਰੀਅਲ ਤੁਸੀਂ ਭੈਣ ਜੀ ਪਿੱਛੇ ਹੋ ਜਾਓ ਥੋੜ੍ਹਾ ਜਿਹਾ ਇੱਕ ਭੈਣ ਇੱਕ ਰੱਖ ਲਿਓ ਵਿੱਚ ਭੈਣ ਜੀ ਹੱਥ ਪਿੱਛੇ ਕਰਿਓ ਪੈਸੇ ਪਾ ਲੈਂਦੇ ਰੁਕ ਜਾ ਰੁਕ ਜਾ ਪੈਸੇ ਪਾ ਲਾਂਦੇ ਪਹਿਲਾਂ ਆ ਫੜਿਓ ਆ ਲੱਡੂ ਚੱਕ ਲਓ ਥਾਲ ਦੇ ਦਿਓ ਉੱਧਰ ਭੈਣ ਜੀ ਰੁਮਾਲ ਵੀ ਚੱਕ ਲਓ ਕੋਈ ਨੀ ਖਾ ਲਓ ਭਾਅ ਜੀ ਥੋੜ੍ਹਾ ਇੱਕ ਬਾਈ ਲੈ ਲਓ ਪਹਿਲਾਂ ਯੈਸ ਬਾਹਰ ਠੀਕ ਆ ਇੱਥੇ ਕੇ ਰੱਖਿਓ ਮਾਤਾ ਜੀ ਫੇਸ ਦੇ ਨੇੜੇ ਰੱਖਿਓ ਇੱਥੇ ਮੂੰਹ ਦੇ ਨੇੜੇ ਕਰ ਲਓ ਇੱਥੇ ਕੇ ਬਾਹਰ ਠੀਕ ਆ ਭਾਈ ਫੇਸ ਸਿੱਧਾ ਕਰੋ ਇੱਧਰ ਹੋਰ ਦੇਖੋ ਸਾਹਮਣੇ ਦੇਖਿਓ ਦੋ ਜਾਣੇ ਹਾਂਜੀ ਵੇਟ ਸਹੀ ਆ ਜੀ ਓਕੇ ਇੱਧਰ ਨੂੰ ਘੁੰਮ ਜਾ ਬੇਟੇ ਥੋੜ੍ਹਾ ਜਿਹਾ ਫੇਸ ਘੁੰਮਾ ਕੇ ਹਾਂ ਬਸ ਠੀਕ ਦੇਖਿਓ ਜੀ ਸਾਹਮਣੇ ਸਾਰੇ ਸਾਹਮਣੇ ਦੇਖਿਓ ਇੱਦੀ ਰਿਓ ਦੇਖੋ ਜੀ ਇੱਧਰ ਯੈਸ ਓਕੇ ਜੀ ਹੈਲੋ ਮਾਤਾ ਨੂੰ ਕਾਲੋ ਕਰੇ ਫੈਰ ਨੂੰ ਫੈਰ ਬਾਲੋ ਜੀ ਠਾੜੀਏ ਆ ਬਲਜੀਤ ਨੂੰ ਮਾਰੋ ਆ ਰੋ ਫੈਰ ਵੀ ਮੈਂ ਫੈਰ ਵੀ ਬਾਲੋ ਸੈਟ ਤੇ ਚਲ ਜਾਓ ਇਧਰੋਂ ਨਾਲ ਦੇ ਸਾਈਡ ਤੋਂ ਇੱਧਰ ਬੜਾਈ ਆ ਉਹ ਪਿੱਛੇ ਬਾਹਰ ਪਿੱਛੇ ਹੋ ਗਈ ਤਾਂ ਵੈਸੇ ਹੈ ਪਹਿਲਾਂ ਇਹਨਾਂ ਆਪਣੇ ਦਾ ਦਾ ਉਹ ਪਿੱਛੇ ਹੋ ਜਾ ਤੇਰੀ ਕੋ ਕਹਿਣਾ ਦਾ ਕਰ ਦਮਾ ਉਹ ਪਿੱਛੇ ਉਹ ਦੋਏ ਸਾਰੇ ਪਾਸ ਤੇ ਕੋ ਲਗਾ ਉਹ ਪਿੱਛੇ ਉਹ ਦੀ ਵੀ ਆ ਮੈਂ ਦੇ ਦੇ ਵੀ ਆਪਣੀ ਮਰਜ਼ੀ ਨਾਲ ਚੱਲ ਨਹੀਂ ਚਾਹੁੰਦੇ ਹਾਂ
ਅਸੀਂ ਚੁੱਪ ਬੈਠੇ ਤਾਂ ਹੁਣ ਕੀ ਕਰੀਏ ਜੀ ਲੈਟਰ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਓਕੇ ਜੀ ਨੈਕਸਟ ਅੱਗੇ ਹੋਰ ਆ ਜਾਓ ਹੁਣ ਹੋਰ ਆ ਜਾਓ ਆਈ ਜਾਓ ਜੀ ਯੈਸ ਦੇਖੋ ਭਾਜੀ ਸਾਹਮਣੇ ਦੋਨੇ ਜਾਣੇ ਤਿੰਨੇ ਜਾਣੇ ਇੱਥੇ ਦੇਖੋ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਗੇ ਆਓ ਮਾਤਾ ਜੀ ਥੋੜ੍ਹਾ ਜਿਹਾ ਦੇਖੋ ਹਾਂਜੀ ਓਕੇ ਜੀ ਅੱਗੇ ਆਓ ਮੈਡਮ ਥੋੜ੍ਹਾ ਜਿਹਾ ਅੱਗੇ ਆਓ ਯੈਸ ਇਹਨਾਂ ਨੂੰ ਬਾਹਰਲੀ ਸਾਈਡ 'ਤੇ ਕਰੋ ਆਂਟੀ ਨੂੰ ਪਾ ਲਓ ਪਹਿਲਾਂ ਪੈਸੇ ਪਾ ਲਓ ਸਾਰੇ ਜਾਣੇ ਪਾ ਲਓ ਪਾ ਲਓ ਪਾ ਲਓ ਪਰ ਪੈਸੇ ਆਪਣੇ ਕੱਢ ਕੇ ਰੱਖੋ ਜਿਨ੍ਹਾਂ ਨੇ ਅੱਗੇ ਆਉਣਾ ਜਲਦੀ ਜਲਦੀ ਤੁਸੀਂ ਨਾਲ ਆਉਣਾ ਜੀ ਅੱਗੇ ਨੂੰ ਆਓ ਫਿਰ ਮੁੰਡੇ ਦੇ ਕੋਲ ਯੈਸ ਮੈਡਮ ਅੱਗੇ ਆਓ ਵੀ ਜੀ ਅੱਗੇ ਆਓ ਯੈਸ ਦੇਖੋ ਇੱਧਰ ਇੱਧਰ ਦੇਖਿਓ ਵੇਟ ਕਰਿਓ ਇਹਦੀ ਭਾਜੀ ਸਾਹਮਣੇ ਕੈਮਰੇ 'ਚ ਦੇਖੋ ਟੋਨੀ ਭਾਜੀ ਹੁਣ ਭਾਵੇਂ ਲੇਟ ਹੋ ਜਾਣ ਸਾਨੂੰ ਪਤਾ ਤੁਹਾਡੇ ਕੋਲ ਫੋਨ 'ਚ ਹੈਗੀ ਦੇਖਿਓ ਸਾਹਮਣੇ ਚੱਲ ਬਹੁਤ ਆ ਕਰਤੀ ਦਰਜ ਦੂਜੀ ਫੋਟੋ ਆ ਜਾਓ ਆ ਜਾਓ ਮਾਤਾ ਜੀ ਆ ਜਾਓ ਜਲਦੀ ਆਈ ਜਾਓ ਪਿਛਲੇ ਪਾਸੇ ਭਾਈ ਆਹ ਸਟਾਲ ਰੱਖ ਲਓ ਤੁਸੀਂ ਕਿਤੇ ਆ ਜਿਹੜਾ ਹੱਥ ਦਾ ਦੋ ਮਿੰਟ ਰੱਖ ਲਓ ਫੋਟੋ ਕਰਾਉਣ ਲੱਗੇ ਕਿਤੇ ਉੱਧਰ ਰੱਖ ਲਓ ਇੱਧਰ ਦੇਖਿਓ ਜੀ ਸਾਰੇ ਜਾਣੇ ਤੁਸੀਂ ਮੈਡਮ ਅੱਗੇ ਆਓ ਭਾਜੀ ਤੁਸੀਂ ਪਿੱਛੇ ਹੋ ਜਾਓ ਥੋੜ੍ਹਾ ਜਿਹਾ ਨਾਲ ਅੱਗੇ ਆਓ ਜੀ ਥੋੜ੍ਹਾ ਮੋਢਾ ਅੱਗੇ ਕੱਢੋ ਸਹੀ ਹੈ ਸਹੀ ਹੈ ਤੁਸੀਂ ਨਾਲ ਹੋ ਜਾਓ ਉਹਨਾਂ ਦੇ
ਕਬੂਤਰ ਖੜਾ ਰਹਿ ਇੱਥੇ ਉਹ ਪਿੱਛੇ ਵਾਲੇ ਮੈਂ ਜੀ ਲੁੱਗ ਗਏ ਉਹਨਾਂ ਨੂੰ ਅੱਗੇ ਕਰੂ ਮਾਲੇ ਅੱਗੇ ਆਓ ਜੀ ਆ ਮੁੰਡੇ ਦੇ ਕੋਲ ਆਪਣੇ ਆਪ ਹੀ ਮਹਾਰਾਜ ਇਹ ਪਤਾ ਲੱਗ ਤੁਸੀਂ ਸਰ ਨਾਲ ਆ ਜਾਓ ਅਸੀਂ ਦਿਸ ਨਹੀਂ ਰਹੇ ਇੱਧਰ ਹੈਲੋ ਤੁਸੀਂ ਵੀ ਆਉਣਾ ਜੀ ਹੋਰ ਤਾਂ ਨਹੀਂ ਕਿਸੇ ਹੋਰ ਦੇ ਨਾਲ ਆਉਣਾ ਜਦ ਸਾਰੀ ਸੈਟਿੰਗ ਹੋ ਜਾਂਦੀ ਫਿਰ ਇੱਕ ਬਚਨ ਖਾਣਾ ਸਾਰਾ ਜੀ ਇੱਧਰ ਉਹ ਮੈਡਮ ਪਿੱਛੇ ਵਾਲੀ ਥੋੜਾ ਜਿਹਾ ਇੱਧਰ ਉਹ ਸਰਦਾਰ ਜੀ ਇੱਥੇ ਆ ਜਾਓ ਦੋਨਾਂ ਮਾਤਾ ਦੇ ਗੱਭਰੇ ਬਸ ਬਸ ਦੇਖਿਓ ਇੱਧਰ ਸਾਰੇ ਠੀਕ ਹੈ ਹੁਣ ਹੁਣ ਇੱਧਰ ਦੇਖੋ ਮਾਤਾ ਇੱਧਰ ਇੱਧਰ ਦੇਖੋ ਜੀ ਸਾਰੇ ਜਾਣੇ ਯੈਸ ਫੇਸ ਸਮਾਈਲ ਜਿਹਾ ਰੱਖੋ ਸਾਹਮਣੇ ਕੈਮਰੇ ਚ ਇੱਧਰ ਇੱਧਰ ਟੋਨੀ ਬਾਈ ਸਾਹਮਣੇ ਯੈਸ ਯੈਸ ਚਲੋ ਓਕੇ ਜੀ ਆਵੇ ਭੂਆ ਜੀ ਨਾਲ ਹੀ ਆ ਗਏ ਹੁਣ ਨਾਲ ਹੀ ਆ ਗਏ ਜੀ ਨਾਲ ਹੀ ਆ ਗਏ ਤੁਹਾਡੇ ਨਾਲ ਤੁਹਾਡੀ ਵੀ ਮਿੱਛੀ ਸਾਰੇ ਜੀ ਆ ਗਏ ਸਾਰਾ ਕਵਰ ਕਰ ਦਿੱਤਾ ਹੁਣ ਤਾਂ ਵਰ ਗਏ ਹੋਰ ਜੀ ਹੋਰ ਇੱਕੋ ਵਾਰੀ ਚ ਕੰਮ ਹੋ ਗਿਆ ਹੋਰ ਕਿੰਨੇ ਸਗਨ ਪਾਉਣਾ ਆ ਜਾਓ ਕੱਢ ਜਾਂਦੇ ਏਦਾਂ ਟਾਈਮ ਵੇਸਟ ਆਪੇ ਕਰੀ ਜਾਣ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਦੇਖਿਓ ਭਾਅ ਜੀ ਸੈਂਟਰ 'ਚ ਆ ਜਾਓ ਦੋਨਾਂ ਨੂੰ ਗ੍ਰਿਪ ਕਰ ਲਿਓ ਦੇਖੋ ਸਾਹਮਣੇ ਹਾਂਜੀ ਓਕੇ ਸਰ ਭਾਅ ਜੀ ਅੱਗੇ ਆਓ ਥੋੜ੍ਹੇ ਜਿਹਾ ਹੋ ਜਾਓ ਜੀ ਇਹ ਵਾਲੇ ਦੇਖੋ ਸਾਹਮਣੇ ਸਾਰੇ ਆਹ ਹੱਥ ਰੱਖਿਓ ਜੀ ਮੋਢੇ 'ਤੇ ਦੂਜਾ ਹੱਥ ਕਿਆ ਇੱਧਰ ਲਿਓ ਭਾਅ ਜੀ ਦੇ ਨਾਲ ਇਸ ਸਾਈਡ 'ਤੇ ਇੱਦਾਂ ਹਾਂ ਥੋੜ੍ਹਾ ਵੀ ਰੱਖ ਲਓ ਭਾਵੇਂ ਯੈਸ ਹਾਂਜੀ ਦੇਖੋ ਇੱਦਾਂ ਫੇਸ ਥੋੜ੍ਹੇ ਨਾਲ ਰੱਖੋ ਇੱਦਾਂ ਯੈਸ ਓਕੇ ਜੀ ਹਾਂਜੀ ਮੈਡਮ ਆਹ ਦਰਵਾਜ਼ਾ ਲਾ ਦਿਓ ਮੈਡਮ ਦਰਵਾਜ਼ਾ ਲਾ ਦਿਓ ਇੱਥੇ ਆਓ ਮੁੰਡੇ ਦੇ ਨਾਲ ਆ ਜਾਓ ਇੱਕ ਜਾਣੀ ਇੱਧਰ ਆ ਜਾਓ ਨਾਲ ਆ ਜਾਓ ਦੇਖੋ ਸਾਹਮਣੇ ਸਾਹਮਣੇ ਦੇਖਿਓ ਵੇਟ ਕਰਿਓ ਜੀ ਪਿੱਛੇ ਬੈਕ ਸਾਈਡ ਤੇ ਆਉਂਗੇ ਬੈਕ ਤੇ ਆਇਓ ਬੈਕ ਤੇ ਥੋੜ੍ਹਾ ਅੱਗੇ ਨਾ ਪੈ ਨਾਲ ਆ ਜਾਓ ਕੁਰਸੀ ਦਾ ਭਾਈ ਫੇਸ ਇੱਥੇ ਰੱਖਿਓ ਪੈਰ ਥੋੜ੍ਹੇ ਨਾਲ ਫੇਸ ਥੋੜ੍ਹਾ ਇੱਧਰ ਰੱਖਿਓ ਥੋੜ੍ਹਾ ਡਾਊਨ ਸਮਾਈਲ ਜਿਹਾ ਫੇਸ ਯੈਸ ਵੇਟ
ਮਾਤਾ ਸਾਈਡ ਤੇ ਹੋ ਜਾ ਬਾਬਾ ਨਾਨਕਾ ਦੇਖ ਇੱਧਰ ਇੱਧਰ ਦੇਖਿਓ ਸਾਰੇ ਜਾਣੇ ਯੈਸ ਹਾਂਜੀ ਐਦੀ ਦੇਖਣਾ ਭਾਈ ਸਾਹਮਣੇ ਸਾਹਮਣੇ ਯੈਸ ਤੋਨੀ ਭਾਈ ਸਾਹਮਣੇ ਤੋਲੀ ਜੀ ਹੋਰ ਜੀ ओके तोरो जी वो पहला भी हिनु भी तार करी आये चल के तार I'm
I
ਭਾਈ ਸੈਂਟਰ 'ਚ ਹੋ ਗਿਆ ਆ ਜਾਓ ਨਾਲ ਹੋ ਜਾਓ ਨਾਲ ਨਾਲ ਆ ਜਾਓ ਆ ਜਾਓ ਭਾਜੀ ਭਾਜੀ ਪਹਿਲੀ ਪੌੜੀ 'ਤੇ ਮੱਥਾ ਟੇਕ ਕੇ ਲੰਘਣਾ ਠੀਕ ਹੈ ਲੰਘ ਜਾਓ ਭਾਜੀ ਜੁੱਤੀ ਖੋਲ ਲਓ ਇੱਥੇ 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 ਖੋਲ ਕੇ ਅੰਦਰ ਆ ਜਾਓ ਫਿਰ ਹੁਣ ਜਦ ਆ ਜਾਓ
ਵੇਟ ਇਧਰ ਭਾਜੀ ਯੈਸ ਵੇਟ ਕਰਿਓ ਇਧਰ ਨੂੰ ਘੁੰਮ ਜਿਓ ਸਾਡੇ ਵੱਲ ਨੂੰ ਰੱਖੋ ਆਪਣਾ ਫੇਸ ਸਹੀ ਰੱਖੋ ਇੱਕ ਮਿੰਟ ਲਾਇਆ ਉਧਰ ਹੀ ਦੇਖੋ ਭਾਜੀ ਵੱਲ ਸਾਰੀਆਂ ਬੱਬੀਆਂ ਨਾਲ ਉਧਰ ਹੀ ਦੇਖੋ ਭਾਜੀ ਵੱਲ ਭਾਈ ਫੇਸ ਨਾ ਟੇਢਾ ਕਰੋ ਮੇਰਾ ਵੀਰ ਇੱਧਰ ਰੱਖੋ ਥੋੜ੍ਹਾ ਜਿਹਾ ਇੱਧਰ ਕਰੋ ਪੱਗ ਦੇ ਨਾਲ ਨਾ ਲਾਓ ਜੀ ਇੱਧਰ ਦੇਖਿਓ ਓਕੇ ਆਈ ਜਾਓ ਜੀ ਅੱਗੇ ਹੋਰ ਭਾਜੀ ਠੰਡ ਲੱਗਦੀ ਹੈ ਉੱਥੇ ਉੱਪਰ ਕਰ ਦੇਖਿਓ ਜੀ ਆ ਜਾਓ ਜੀ ਹੋ ਗਿਆ ਤੁਹਾਡਾ ਦੇਖੋ ਜੀ ਲਾਸਟ ਆ ਤੁਕੇ ਤੋਰ ਲਈ ਜੀ ਬਾਈ ਓਕੇ ਜੀ ਭਾਜੀ ਤੁਸੀਂ ਚੱਲੇ ਆਓ ਆਇਆ ਭਾਜੀ ਆ ਜਾ ਇੱਥੇ ਸਿੱਧੇ ਇੱਧਰ ਨੂੰ ਆ ਜਾ ਭਾਜੀ ਇੱਧਰ ਨੂੰ ਕ੍ਰਾਸ ਕਰ ਦਿਓ ਆ ਜਾ ਚੱਲੇ ਆਓ ਚਲੋ ਜੀ ਆਈ ਚਲੋ ਓਕੇ ਬਿਠਾ ਲਈ ਯਾਰ ਭਾਜੀ ਪਿੱਛੇ ਇੱਥੇ ਨਾਲ ਖੜੇ ਹੋ ਮਾਤਾ ਦੇ ਨਾਲ ਖੜੇ ਹੋ ਭਾਜੀ ਨਾਲ ਆਓ ਮਾਤਾ ਦੇਖੋ ਇੱਧਰ ਭਾਜੀ ਵੱਡੇ ਭਾਜੀ ਹੈਲੋ ਭਾਜੀ ਭਾਜੀ ਇੱਧਰ ਨਾ ਖੜੋ ਸਾਰੀ ਗੱਤਣੀ ਪੈਂਦੀ ਯਾਰ ਫਾਇਦਾ ਨਹੀਂ ਕੋਈ ਸਾਨੂੰ ਇੱਧਰ ਦੇਖਿਓ ਪਾਲੀ ਸਾਈਡ ਤੇ ਬੁਲਾ ਲਾ ਕੇ ਸਾਨੂੰ ਭਾਜੀ ਇੱਧਰ ਦੇਖਿਓ ਥੋੜਾ ਨਾਲ ਹੋ ਜਾਓ ਹੱਥ ਬਾਹਰ ਕੱਢ ਲਓ ਦੂਏ ਵਾਲਾ ਗ੍ਰਿਪ ਕਰ ਲਓ ਬੈਗ ਤੋਂ ਇੱਧਰ ਦੇਖੋ ਸਾਹਮਣੇ ਮਾਤਾ ਸਾਹਮਣੇ ਮਾਤਾ ਜੀ ਟੋਨੀ ਭਾਜੀ ਇੱਧਰ ਜੈਸ ਲਓ ਜੀ ਰੱਖੋ ਯਾਰ ਬਠਾਲੇ ਲੱਗੇ ਬਾਦਰ ਭਾਜੀ ਆਓ ਭਾਜੀ 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 ਨੈਚੁਰਲੀ ਭੇਜੋ
ਦੇਖੀ ਮੂੰਹ ਤੇ ਨਾ ਮਾਰ ਦੇ ਚਲੋ ਤੋਰੋ ਯਾਰ ਤੋਰੋ ਤੂੰ ਕੋ ਤਾਂ ਲੀਏ ਕਥੇ ਆਰੇ ਭਾਂ ਚੁਕੀ ਮੈਂ ਰੱਖ ਲਈ ਭਰਾਵਾ ਸਿੱਧੇ ਨਹੀਂ ਇੱਥੇ ਭਾਜੀ ਯਾਰ ਬਈ ਜੀ ਸਿੱਧੇ ਖਰਾਬ ਕਰਨੇ ਭਾਜੀ ਦੋ ਚ ਹੈ ਚਾਬੀਆਂ ਦੇ ਬਾਉ ਛੱਡੇ ਆ ਦੋ ਚ ਖਰਾਬ ਕਰਨੀ ਆ ਕਰੀ ਇਸ਼ਾਰਾ ਯਾਰ ਕੀ ਕਰਦੇ ਤੁਸੀਂ ਖੜੇ ਇੱਥੇ ਲੈ ਭਾਜੀ ਲਿਆ ਗੱਡੀ ਯਾਰ ਭਾਜੀ ਪਰੇ ਤਾਂ ਹੋ ਜਾ ਮੜਿਆ ਵੀਰ ਬੰਦ ਕਰ ਦੇ ਕਰੀ ਬੰਦ ਛੋਟਿਆ ਖਾਲੀ ਪਿਛਿਆ ਭਾਵ ਰੂਆ ਮੇਰਾ ਮੈਂ ਖਾਲੀ ਪਿਛਿਆ ਭਾਵ ਰੂਆ
ਮੈਂ ਕੋਈ ਨਹੀਂ ਜੀ ਕਰਦਾ ਪਏ ਗੱਲ ਮੈਂ ਤੁਹਾਨੂੰ ਜੀ ਭੇਜ ਦਿੰਦਾ
ਓਕੇ ਬਾਜੀ ਆ ਬੜੀ ਆ ਰਵੀ ਓਕੇ ਜੀ ਠੀਕ ਹੈ ਹਾਂ ਜੀ ਹੋ ਗਿਆ ਅੱਜ ਤੱਕ ਕੰਮ ਨਹੀਂ ਕਿਹਾ ਨਾ ਇਹਦੇ ਸਾਹਮਣੇ ਭਾਜੀ ਹਾਂਜੀ ਇਹਦੇ ਦੇਖਿਓ ਸਾਹਮਣੇ ਭਾਈ ਮੜੀ ਕਰ ਜਿਆਦਾ ਕਰ ਇੱਥੇ ਦੇਖਣਾ ਤੁਹਾਨੂੰ ਵਾਹਿਗੁਰੂ ਨਾਨਕ ਕਿਤੇ ਆਏ ਫਿਰ ਅਗਦ ਗੁਰ ਤੇ ਅਮਰਦਾਸ ਸਖਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਜੀ ਕਾ ਧੰਨ ਤਰਕੇ ਸਾਧ ਸੰਗੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚੜਾਈ ਤੇ ਗਵਾਈ ਦੇਖ ਕੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਸਾਧ ਸੰਗੋਲਣਾ ਜੀ ਗੁਰਦੁਆਰਿਆਂ ਨੂੰ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਦਿਨਾਂ ਦੀ ਪਵਿੱਤਰ ਪਾਣੀ ਦਾ ਧਿਆਨ ਤਰਕੇ ਸਾਧ ਸੰਗ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਦਿੱਤਾ ਹੈ ਚੇਤਾਵਨ ਕਾ ਸਦਕਾ ਹਰ ਸੁਖੋ ਹੈ ਅਜਾਂ ਖਾਲਸਾ ਜੀ ਸਾਹਿਬ ਦਾ ਦਾਰ ਅਛਰ ਦੇਖ ਤੇ ਫਤਿਹ ਵਰਤ ਕੀਤਾ ਹੈ ਪੰਥ ਕੀ ਜੀ ਤੇ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸੁਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਖ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਨਾਨ ਚੌਂਕੀਆਂ ਝੰਡੇ ਰੂੰਗੇ ਜਗੋ ਜੋਗਾ ਟਲ ਧਰਮ ਕਹਿ ਜੈਕਾਰਾ ਧਿਆਨ ਧਰਕੇ ਸਾਸ ਨੂੰ ਬੋਲਣਾ ਜੀ ਜੇ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਯੋਤਿਆਂ ਦੀ ਹੋਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋੜੀ ਹੈ ਹਰ ਪਾਤਸ਼ਾਹ ਜੀ ਆਜ ਦਾ ਕੌਣ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹ ਦੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਨੀਠ ਵਿਛੜਿਆ ਮੇਲੇ ਦੋ ਹਾਦਾ ਗਿਆ ਕੰਮ ਸੀਠ ਹਰ ਨਾਮੋ ਮੰਤਰ ਦ੍ਰਿੜਾਂ ਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰ ਜਿਨ੍ਹਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ ਦੇ ਮਹਾਂਕਮ ਸਾਰ ਦੋ ਪਰਿਵਾਰਾਂ ਨੂੰ ਖੁਸ਼ੀਆਂ ਮੋਸੀ ਕੀਤੀਆਂ ਹਨ ਤੌਰ ਪੈਸੇ ਚੇਤੇ ਪ੍ਰਤੇਤਿਆਂ ਦੀ ਮੇਲ ਦੀ ਮਿਲਣੀ ਦੀ ਰਸਮ ਅਦਾ ਹੋਣ ਲੱਗੀ ਹੈ ਆਪ ਜੀ ਕਿਰਪਾ ਕਰਨ ਲਈ ਦੋਹਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਪੁੱਛਣਾ ਰਹਿੰਦੇ ਕਾਰਜ ਸੁਹੇਲੇ ਕਰਨ ਲਈ ਤੌਰ ਪੈਸਿਆਂ ਦੀਆਂ ਸੁਭ ਸਾਧ ਸੰਗਤ ਦੀਆਂ ਹਾਜ਼ਰੀਆਂ ਲਵਾਓ ਮਿਲਣੀ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹ ਦੀ ਕੜਾ ਇਹ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੋਲੇ ਸੋਨਿਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੇਟ ਕਰ ਲਿਓ ਜੀ
ਕੱਟ ਲਾ ਅੱਗੇ ਰੁਕ ਜਾ ਭਾਈ ਕੱਟ ਲਾ ਇਹ ਤਾਂ ਨਹੀਂ ਅੰਕਲ ਜੀ ਇੱਥੇ ਇੱਥੇ ਦੇਖੋ ਸਾਹਮਣੇ ਇਸ ਕੈਮਰੇ ਹਲੋ ਹਲੋ ਹਾਂਜੀ ਇੱਥੇ ਸਾਹਮਣੇ ਠੀਕ ਆ ਭਾਜੀ ਓਕੇ ਹੱਥ ਬੜਾ ਜੀ ਹੱਥ ਓਕੇ 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 ਹੱਥ ਬੜਾ ਠੀਕ ਆ ਸਭ ਠੀਕ ਹੈ ਮਹਾਰਾਜ ਬੋਲਾਨੀ ਦਾ ਬੋਲੂਗਾ ਮੇਰੇ ਮਹਾਰਾਜ ਮਿਆਨੀ ਦਾ ਸੁਣੋ ਜਿਤਮਾ ਮੈਂ ਦਿਆ ਸੁਣੋ ਜਿਤਮਾ ਮੈਂ ਦਿਆ ਸੁਣੋ ਜਿਤਮਾ ਮੈਂ ਦਿਆ ਸੁਣੋ ਜਿਤਮਾ ਮੈਂ ਦਿਆ ਮਾਤੇ ਮਾਮਾ ਸਰਦਾਰ ਮੇਰਾ ਭਾਜੀ ਸਾਈਡ ਤੇ ਖੜ ਲਓ ਭਾਜੀ ਭਾਜੀ ਉਹ ਦੱਸਣਾ ਤਾਂ ਪੈਣਾ ਹੀ ਕੋਈ ਨਹੀਂ ਦੱਸ ਹੋ ਜਾਓ ਮੜੇ ਪਿੱਛੇ ਭਾਜੀ ਆਓ ਮੇਰੀ ਦਾ ਮੇਰਿਓ ਮਹਾਰਾਜ ਮੇਰਾ ਮਲਾ ਲਓ ਹੱਥ ਭਾਜੀ ਓਕੇ ਠੀਕ ਹੈ ਆਜੋ ਭਾਜੀ ਜੀ ਮੇਰੇ ਪਿਓ ਮਹਾਰਾਜ
ਪਿੱਛੇ ਮੜ ਜਾਓ ਮੜ ਜਾ ਪਿੱਛੇ ਆ ਜਾਓ ਆ ਜਾਓ ਚਲੋ ਮੇਰੀ ਦਾਲ ਮੇਰੀਓ ਮਹਾਰਾਜ Oh,
سامنے سر ڈیٹ کانی تھے پیچھے ادھر سامنے ڈیٹ کانی پیچھے اوکے سر I'm gonna be
ਇਹਦੇ ਦੇਖਿਓ ਸਾਹਮਣੇ ਥੋੜਾ ਅੱਗੇ ਆ ਜਾਓ ਤੁਸੀਂ ਵੀ ਅੱਗੇ ਆ ਜਾਓ ਨਾਲ ਨਾਲ ਇਹਦੇ ਦੇਖਿਓ ਸਾਹਮਣੇ ਗੇਟ ਕਾ ਨਹੀਂ ਇਹਦੇ ਦੇਖਣਾ ਸਾਹਮਣੇ ਪਲੀਜ਼ ਸਨੀ ਭਾਜੀ ਭਾਜੀ ਅੱਖਾਂ ਨਾ ਬੰਦ ਕਰ ਠੀਕ ਇਹਦੇ ਦੇਖਿਓ ਸਾਹਮਣੇ ਭਾਜੀ ਥੱਲੇ ਰਹੀ ਮੜਾ ਜਾ ਗੇਟ ਸਾਹਮਣੇ ਇੱਧਰ ਹਾਂਜੀ ਸਵੀਟ ਦਾ ਪੀਸ ਲਵਾ ਖਲਾ ਦਿਓ ਇਹਦੇ ਫੜਾ ਖਲਾ ਦਿਓ ਪਹਿਲਾਂ ਖਲਾ ਦਿਓ ਖਲਾ ਦਿਓ ਹਾਂਜੀ ਇਹਦੇ ਫੇਸ ਦੇ ਨੇੜੇ ਰੱਖਿਓ ਕੋਈ ਨਹੀਂ ਸੋਲ ਹੋਰ ਹੋਰ ਲੈ ओके ਹੁਣ ਭਾਜੀ 1 ਮਿੰਟ ਉੱਤੇ ਮੈਸੇਜ ਨੇੜੇ ਫੋਟੋ ਕਰਨੀ ਹੈ ਮੈਡਮ ਨੀਚੇ ਕਰੋ ਮੈਡਮ ਹੱਥ ਨੀਚੇ ਕਰੋ ਹਾਂਜੀ ਦੇਖੋ ਸਾਹਮਣੇ ਇਹਦਾ ਯੈਸ ਭਾਈ ਫੇਸ ਉੱਪਰ ਕਰ ਲਓ ਸਹੀ ਤਰ੍ਹਾਂ ਕਰੋ ਬਾਕੀ ਸਾਰੇ ਜਣੀਆਂ ਇੱਧਰ ਦੇਖੋ ਇਸ ਕੈਮਰੇ ਮੈਡਮ ਇੱਧਰ ਖਿੱਚ ਲਓ ਹੈਲੋ ਇੱਧਰ ਇਸ ਕੈਮਰੇ ਸਾਰੇ ਜਣੇ ਇੱਧਰ ਦੇਖੋ ਕਨਫਿਊਜ਼ਨ ਹੋ ਜਾਂਦੀ ਹੈ ਹਾਂਜੀ ਕਿੱਧਰ ਦੇਖਣਾ ਓਕੇ ਭਾਜੀ ਹਾਂਜੀ ਪਲੀਜ਼ ਇੱਧਰ ਦੇਖਣਾ 1 ਮਿੰਟ ਭਾਜੀ ਵੇਟ ਹਾਂਜੀ ਸਾਹਮਣੇ ਇੱਧਰ ਓਕੇ ਆ ਭਾਜੀ ਓਕੇ ਭਾਈ ਤੂੰ ਵੀ ਖਾ ਦੇ थोड़ा साइड हो मैडम आप बच्चों पीछे करो थोड़ा बेटे पीछे आओ ਉੱਪਰ ਕਰੋ ਭਾਈ ਚੰਗਾ ਭਾਈ ਬਹੁਤ ਜਾਣਤਾ ਦੇਖੀ ਜਾਣ ਦੇਖ ਲਿਓ ਕਿਤੇ ਭਾਜੀ ਭਾਜੀ ਨੂੰ ਇੱਧਰ ਮੈਡਮ ਉਹ ਬੁਲਾਓ ਮੈਡਮ ਨੂੰ ਭਾਜੀ ਕੋ ਫੜਾਓ ਤੁਸੀਂ ਫੜੋ ਜੀ ਤੁਸੀਂ ਪਲੇਟ 'ਚ ਰੱਖੋ ਪਿੱਛੇ ਨੂੰ ਸੀ ਜਿਹੜਾ ਨੰਗਾ ਲੱਗਿਆ ਤੁਸੀਂ ਪਿੱਛੇ ਆਓ ਜੀ ਐਦੀ ਨਾਲ ਘੁੰਮ ਕੇ ਖੜੇ ਮੁੰਡੇ ਪਿੱਛੇ ਨੂੰ ਭਾਈ ਨਾਲ ਆਓ ਯਾਰ ਸਾਂਝੀ ਦੇਖਿਓ ਇੱਧਰ ਬੱਚੇ ਨੂੰ ਪਤਾ ਬੇਟੇ ਘੁੰਮ ਜਾ ਰਹੇ ਹਾਂਜੀ ਓਕੇ ਜੀ ਚਲੋ ਬਦਲ ਵੀਡੀਓ ਲੈ ਲੈਣਾ ਮੈਡਮ ਇੱਧਰ ਹੈਲੋ ਇੱਧਰ ਇੱਕ ਹਾਂਜੀ ਹਾਂਜੀ ਇੱਧਰ ਸਾਹਮਣੇ ਇੱਧਰ ਸਾਹਮਣੇ ਜੀ ਪਲੇਟ ਪੀਸ ਇੱਧਰ ਇੱਧਰ ਕਾਕੇ ਇੱਧਰ ਓਕੇ ਜੀ ਆ ਜਾਓ ਭਾਈ
بس چار جو منڈا ادھر باڑے سی تو اوتھے ڈول ਦੇਖਿਓ ਜੀ ਆਪੇ ਕਰਾਈ ਜਾਣਗੇ ਮੈਡਮ ਇੱਧਰ ਇਸ ਕੈਮਰੇ 'ਚ ਦੇਖਣਾ ਸਾਰਿਆਂ ਨੇ ਹਾਂਜੀ ਇੱਕ ਵਾਰੀ ਹੋਰ ਯੈਸ ਅੱਜ ਵੇਟ ਕਰਨੀ ਪਲੀਜ਼ ਸੇਮ ਰਿਹਾ ਆਈ ਕਾਂਟ ਟ੍ਰਾਈ ਮੈਂ ਥੋੜਾ ਬੈਕ ਤੇ ਸਹੀ ਸਹੀ ਨਹੀਂ ਨਹੀਂ ਪਿੱਛੇ ਨਾ ਨਹੀਂ ਨਹੀਂ ਲੋੜੀ ਨਹੀਂ ਇਹ ਦੇਖਣਾ ਸਾਰੇ ਜਣੇ ਹਾਂਜੀ ਸਾਹਮਣੇ ਇਧਰ ਟੀਮ ਰਿਹਾ ਇਧਰ ਪਲੀਜ਼ ਚੈੱਕ ਕਰਨੀ ਇਧਰ ਸਾਹਮਣੇ ਜੀ ਇਹਨੂੰ ਉੱਪਰ ਰੱਖ ਲਓ ਬਾਕਸਰ ਨੀਚੇ ਕਰ ਲਓ ਨਾ ਪਲੇਟ ਦੇ ਨਿੰਦਰ ਉੱਪਰ ਕਰ ਦੀਆਂ ਪਲੇਟ ਚੁਹਾਰਾ ਨੇੜੇ ਕਰੋ ਫੇਸ ਥੋੜਾ ਹੱਥ ਥੱਲੇ ਕਰੋ ਹੱਥ ਥੱਲੇ ਕਰੋ ਆਪਣਾ ਮੈਡਮ ਜ਼ਿਆਦਾ ਕਰ ਲਿਆ ਦੇਖੇ ਇਸ ਕੈਮਰੇ ਦੇਖੇ ਦੋਨੇ ਜਾਣੇ ਹਾਂਜੀ
ਅੱਗੇ ਰੱਖੋ ਅੱਗੇ ਨਹੀਂ ਜਾਣਾ ਪਿੱਛੇ ਜਾਓ ਅੱਗੇ ਸੇਮ ਰੱਖੋ ਭਾਈ ਥੋੜਾ ਲਾਗੇ ਕਰੇ ਨਾ ਆਪਾਂ ਨੂੰ ਮਾਨਾ ਕਿ ਹੋਣਾ ਪਨਾਵਾ ਇੱਕ ਤੇ ਦਾ ਹੀ ਹੈ ਜੇ ਤੂੰ ਮੈਂ ਮਾਨਾ ਸੇਮ ਇਹਦਾ ਦੇਖਿਓ ਨਹੀਂ ਇੱਕ ਕਾਨੀ ਪਲੀਜ਼ ਇਹਦੇ ਹਾਂਜੀ ਸਾਰੇ ਬੈਕ ਤੋਂ ਇਧਰ ਸਾਹਮਣੇ ਦੇਖਿਓ ਇਧਰ ਸਾਹਮਣੇ ਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਹਾਂਜੀ ਬਿੱਕਾ ਕਰੋ ਬਸ ਚੁੰਨੀ ਪਿੱਛੇ ਖੋਲ ਲਓ ਸਾਡੇ ਸਾਰੇ ਮੂੰਹ ਜੀ ਫੜ ਲਓ ਬਸ ਬਸ ਬਾਜ ਕੱਢ ਲਈ ਗਏ ਮੈਂ ਖੋਲ ਲਓ ਇੱਕ ਮਿੰਟ ਚੁੰਨੀ ਸਾਰੇ ਪਿੱਛੇ ਫੜ ਲਓ ਸਾਰੇ ਜਾਣੇ ਖੋਲ ਲਓ ਦੇਖਿਓ ਇੱਧਰ ਇੱਕ ਮਿੰਟ ਮੈਂ ਤੁਸੀਂ ਦੇਖਿਓ ਪੈਰ ਕੇ ਕਰ ਲਓ ਸਰ ਹਾਂਜੀ ਇੱਦਾਂ ਹਾਂਜੀ ਮੈਡਮ ਸੇਮ ਅੱਗੇ ਕਰੋ ਪੈਰ ਯੈਸ ਦੇਖਿਓ ਸਾਰੇ ਇੱਧਰ ਵੇਟ ਕਰਿਓ ਅਸੀਂ ਕਰੋ ਹਾਂਜੀ ਇੱਧਰ ਦੇਖਣਾ ਸੇਮ ਇੱਦਾਂ ਕਰੋ ਕਰੋ ਹਾਂਜੀ ਮੈਡਮ ਕੇ ਸਿੱਧਾ ਕਰੋ ਹਾਂਜੀ ਇੱਧਰ ਸਾਹਮਣੇ ਵੇਟ ਕਰ ਨਹੀਂ ਇੱਧਰ ਇੱਦਾਂ ਦੇਖ ਕੇ ਇੱਧਰ ਸਾਹਮਣੇ ਹਾਂਜੀ ਚੁੰਨੀ ਉੱਪਰ ਦੇ ਹਾਂਜੀ ਇੱਥੇ ਨਾਲ ਬੈਠ ਹਾਂਜੀ ਉਧਰ ਹੀ ਦੇਖੋ ਉਧਰ ਹੀ ਦੇਖ ਕੇ ਲਗਾ ਦੋ ਓਕੇ ਓਕੇ ਹੋਰ ਦੇਖ ਲਓ ਜੀ ਪਾਓ ਭਾਜੀ ਪਿੱਛੇ ਹੋ ਜਾਓ ਮਾੜਾ ਜੀ ਤੁਸੀਂ ਲਾ ਲਓ ਟੇਪ ਨੂੰ ਵੀ ਜੀ ਟੇਪ ਉਤਾਰ ਲਓ ਦੋ ਮਿੰਟ ਨਹੀਂ ਆ ਟੇਪ ਉਤਾਰ ਲਿਓ ਫਿਰ ਪਹਿਲਾਂ ਫਿਰ ਬਾਅਦ ਚ ਲਾ ਲਿਓ ਬਾਅਦ ਚ ਲਾ ਸਕਦੇ ਟਿੱਕਾ ਕਰ ਦਿਓ ਥੱਲੇ ਸਹੀ ਕਰੋ ਟਿੱਕੇ ਦੀ ਟਿੱਕੇ ਸਿੱਧਾ ਕਰਕੇ ਸਹੀ ਰੱਖਿਓ ਫੋਟੋ ਕਰੋ ਦੇਖੋ ਇੱਧਰ ਇੱਧਰ ਦੇਖੀ ਹਾਂਜੀ ਸੇਮ ਰਹੇ ਹੋ ਸੇਮ ਹਾਂਜੀ ਇੱਧਰ ਸਾਹਮਣੇ ਇੱਕ ਵਾਰ ਚੁੰਨੀ ਆਪਣੇ ਆਪ ਠੀਕ ਕਰ ਲਓ ਮੈਡਮ ਅੱਗੇ ਆ ਜਾਓ ਜਿੰਨੇ ਦੋ ਜਣੇ ਪਾਉਣੇ ਲੈਗ ਕ੍ਰੋਸ ਕਰਕੇ ਰੱਖ ਲਓ ਇੱਦਾਂ ਇੱਕ ਕ੍ਰੋਸ ਕਰ ਲਓ ਜਿਹੜੇ 'ਤੇ ਪਾਉਣੀ ਆ ਪਹਿਲਾਂ ਉਤਾਰ ਦਿਓ ਜੁੱਤੀ ਨੂੰ ਇੱਦਾਂ ਉੱਪਰ ਰੱਖ ਲਓ ਨਾ ਇੱਦਾਂ ਕਰ ਨਾਲ
ਤੁਸੀਂ ਭੈਣ ਜੀ ਬੈਕ ਸਾਈਡ ਤੇ ਆ ਜਾਓ, ਬੈਕ ਤੇ ਆ ਜਾਓ ਤੁਸੀਂ। ਇੱਦਾਂ ਲੈ ਕ੍ਰੋਸ ਕਰਕੇ ਰੱਖ ਲਿਓ ਅੱਜ ਨੂੰ। ਬੈਠ ਜਾਓ ਨਾਲ, ਹੋਰ ਕੋਈ ਹੈ, ਕੋਈ ਰਸਮ ਹੋਰ ਕਰਨੀ? ਬਸ ਉਹ ਭਰਾ ਰਹੇ, ਬੈਠਣਾ ਭਰਾ। ਜੀ ਬੈਠੋ, ਫੋਟੋ ਕਰਵਾ, ਬੈਠ ਜਾਓ ਨਾਲ, ਬੈਠੋ ਸੇਰ ਨਾਲ ਕਰ ਲਓ ਮੜੀ। ਦੇਖੋ ਇੱਧਰ ਸਾਰੇ ਜਾਣੇ, ਇੱਧਰ ਦੇਖੋ, ਉਹ ਪਿੱਛੇ ਵਾਲਿਆਂ ਨੂੰ ਬੁਲਾਓ, ਇੱਧਰਲੇ ਪਾਸੇ ਆ ਜਾਓ, ਮੂਹਰੇ ਆ ਜਾਓ, ਅੱਗੇ ਆ ਜਾਓ, ਅੱਜ ਹਾਂਜੀ ਤੁਸੀਂ ਨਾਲ ਜਾਓ। ਦੇਖੋ ਇੱਧਰ ਸਾਰੇ, ਸੇਮ ਰਿਹੋ ਪਲੀਜ਼ ਇੱਧਰ। ਹਾਂਜੀ ਇੱਧਰ ਦੇਖਿਓ ਸਾਰੇ ਜਾਣੇ, ਇੱਧਰ ਪਲੀਜ਼ ਸਾਹਮਣੇ ਕੈਮਰੇ, ਦੇਖਿਓ ਇੱਧਰ ਮਹਿਲ, ਇੱਧਰ ਸਾਹਮਣੇ। ਐਦੀ ਰੱਖਿਓ ਜੀ ਥੋੜ੍ਹਾ ਅੱਗੇ ਆਓ ਭੈਣ ਜੀ, ਅੱਗੇ ਆਓ, ਐਦੀ ਰੱਖਿਓ ਬਸ। ਹਾਂਜੀ ਦੇਖਿਓ ਸਾਹਮਣੇ ਸਾਰੇ, ਓਕੇ ਹਾਂਜੀ। ਹੁਣ ਇੱਧਰ ਦੇਖਿਓ, ਇੱਦਾਂ ਭਾਅ ਜੀ ਘੱਟ ਕਰੋ, ਇੱਧਰ ਦੇਖਿਓ ਸਾਹਮਣੇ ਜੀ ਸਾਰੇ ਜਣੇ, ਇੱਧਰ ਦੇਖਿਓ, ਓਕੇ ਠੀਕ ਆ। ਭਾਅ ਜੀ ਆਪ ਹੀ ਬੁਲਾ ਦਿਓ, ਕੱਟ ਦਿਓ ਠੀਕ ਆ ਜੀ। ਓਕੇ ਭਾਅ ਜੀ, ਓਕੇ ਫ੍ਰੀ ਆ, ਓਕੇ ਠੀਕ ਆ ਜੀ, ਇੱਦਾਂ ਫੜਾ ਦਿਓ ਇਹਨਾਂ ਨੂੰ, ਆਪੇ ਲੈ ਜਾਣਗੇ ਬਾਕੀ ਸਮਾਨ, ਇੱਥੇ ਤੁਸੀਂ ਉੜ ਜਾਓ। ਜੇ ਦੇਖੋ ਮੈਮ ਤੁਸੀਂ ਅਜੇ ਕਲੋਜ਼ ਹੋ ਜਾਓ, ਬੈਕ ਚ ਹੋਲਡ ਕਰ, ਅਜੇ ਕਲੋਜ਼ ਕਰ ਲਿਓ, ਯੈਸ ਹਾਂ ਹੱਥ ਉੱਪਰ ਰੱਖ ਲਓ ਜੀ, ਯੈਸ ਦੇਖੋ ਮੈਮ ਦੋ ਜਾਣੇ ਸੇਮ ਡੇ ਇਹਦੇ ਸਾਹਮਣੇ। ਓਕੇ ਜੀ ਉੱਠ ਜਾਓ, ਅੱਗੇ ਨਾ ਵੰਡੇ, ਅੱਗੇ ਨਾ ਸਾਈਡ ਤੇ ਫੜ ਲੈ, ਤੇ ਫੜ ਲੈ, ਫੜ ਲੈ, ਫੜ ਲੈ, ਫੜ ਲਓ ਕੋਈ ਨਹੀਂ, ਵੇਟ ਕਰੋ ਜੀ ਵੀ ਖੜੇ ਨਾਲ ਥੋੜਾ ਬੈਠ ਲਾਓ ਇਹਨਾਂ ਨੂੰ ਇੱਕ ਮਿੰਟ, ਉਹ ਸ਼ੱਕ ਹਾਂ ਇੱਕ ਮਿੰਟ ਸਾਈਡ ਰੱਖੋ, ਸਾਹਮਣੇ ਦੇਖੋ ਜੀ ਖੜੇ ਹੋ ਜਾਓ, ਇਹਦੇ ਖੜੇ ਹੋ ਜਾਓ, ਆ ਜਾਓ ਸਾਈਡ ਤੇ, ਆ ਨਹੀਂ ਜਾਨੀ ਪਿਤਾ ਲੋੜੀ
darshan dekh pai dekh ke
ਪੀਰਾਂ ਨੂੰ ਕਿ ਤਰਦਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਸੋ ਬੇਨਤੀ ਹੈ ਕਿ ਸਾਨੂੰ ਵਾਰ ਵਾਰ ਨਾ ਕਹਿਣਾ ਪਵੇ ਕਿ ਵੀਡੀਓ ਕਵਰ ਕਰਦੇ ਹੋਏ ਅਸੀਂ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਸੋ ਬੇਨਤੀ ਹੈ ਲੜਕੇ ਵਾਲੇ ਪਰਿਵਾਰ ਨੂੰ ਕਿ ਲੜਕੇ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਬਿਠਾਇਆ ਜਾਵੇ ਅਤੇ ਨਾਲ ਹੀ ਬੇਨਤੀ ਹੈ ਕਿ ਲੜਕੇ ਦੀ ਕੱਲ ਵੀ ਵਧਾਈ ਜਾਵੇ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਲਿਆਂਦਾ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਦੀ ਰਸਮ ਆਰੰਭ ਕਰ ਸਕੀਏ ਕੀਤਾ ਲੋੜੀਏ ਕੰਮ ਸਹਰ ਪੈ ਆਖੀਏ ਕਾਰਜ ਦੇ ਸਵਾ ਸਤਿਗੁਰ ਸੱਚ ਕੰਮ ਸਵਰ ਆਖੀਏ ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀਏ
ਹਰਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾ ਚਲਾਈ ਅਨਹਦ ਸ਼ਬਦ ਜਾਏ ਹਰੀ ਚੌਥੇ ਦੀ
Yeah.
ਵਾਹਿਗੁਰੂ ਲਕਸ਼ਮੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਕੀਤਾ ਲੋੜੀਏ ਕਾਹੂ ਸਫਰਤੇ ਆਖੀਏ ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀਏ ਦੇ ਮਹਾਵਾਕਾ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਸੁਭਾਗੀ ਜੋੜੀ ਦੇ ਅਨੰਦ ਕਾਰਜ ਦੀ ਰਸਮ ਸੰਪੂਰਨ ਹੋਈ ਹੈ ਸੋ ਸਤਿਗੁਰੂ ਜੀ ਆਪ ਕਿਰਪਾ ਕਰਨ ਸੁਭਾਗੀ ਜੋੜੀ ਤੇ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖਣ ਦੋਹਾਂ ਹੀ ਪਰਿਵਾਰਾਂ ਨੂੰ ਅਤੇ ਸਾਰੀ ਹੀ ਸੰਗਤ ਨੂੰ ਸੁਭਾਗੀ ਜੋੜੀ ਦੇ ਅਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਜੀ ਆਪ ਸੁਭਾਗੀ ਜੋੜੀ ਤੇ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖਣ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਅੰਮ੍ਰਿਤ ਵੇਲੇ ਦੀ ਦਾਤ ਆਪ ਸਤਿਗੁਰੂ ਜੀ ਬੱਚਿਆਂ ਦੀ ਝੋਲੀ ਦੇ ਵਿੱਚ ਨਿਵਾਜਣ ਅਤੇ ਗ੍ਰਿਸਤੀ ਜੀਵਨ ਦੇ ਵਿੱਚ ਚੱਲਣ ਲਈ ਆਪ ਸਤਿਗੁਰੂ ਜੀ ਸਮਰੱਥਾ ਬਖਸ਼ਣ ਦੋਹਾਂ ਹੀ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਥਵਾਕ ਸਤਿਗੁਰੂ ਜੀ ਬਣਾ ਕੇ ਰੱਖਣ ਰਹਿੰਦੇ ਹੋਏ ਕਾਰਜ ਪਰਿਵਾਰ ਦੇ ਆਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਸਵਾਰਨ ਸੋ ਸਾਰੀ ਹੀ ਸੰਗਤ ਭਾਗ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜੀ ਐਂ ਕੀਤਾ ਜਾਂਦਾ ਸੋ ਆਓ ਹੁਣ ਆਪਾਂ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੀਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ ਗੁਰੂਆਂ ਦੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਨ ਕਰ ਗੁਰੂ ਨਾਨਕ ਜੀ ਧਿਆਏ ਤੇਰੇ ਅੰਗਦ ਗੁਰ ਤੇ ਅਮਰਦਾਸ ਨਾਮ ਦਾ ਸੋਹਣ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਆਇਆ ਜਿਸ ਜਿੱਥੇ ਸਭ ਬਜਾਏ ਤੇ ਬਹਾਦਰ ਸਿਮਰੈ ਕਰ ਨਾਮ ਨਿਧਿਆਵੇ ਧਾਏ ਸਭ ਥਾਈਂ ਹੋਏ ਸਹਾਇ ਜਿਸਨੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਲਥਾ ਪਾਤਸ਼ਾਹੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਲਦਾਰ ਜੀ ਕਾ ਧਿਆਨ ਤਰਕੇ ਸਾਸ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਿੱਤਿਆ ਵਰਤ ਕੇ ਛਕਿਆ ਦੇਖ ਚਲਾਈ ਤੇ ਵਾਰੀ ਦੇਖ ਕੇ ਅਨੰਦ ਕੀਤਾ ਦਿਨਾਂ ਪਿਆਰਿਆਂ ਸੱਚਿਆਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਸਾਸ ਬੋਲਣਾ ਜੀ ਜਿਤ ਅਮਨ ਕਸਤ ਕਾ ਸਰ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਰ ਤਾਂ ਤਾਂ ਰੱਛਾ ਰਾਜ ਦੇਵ ਤੇਗ ਫਤਿਹ ਬਦ ਕੀ ਕਾਜ ਪੰਥ ਕੀ ਜੇ ਸ੍ਰੀ ਸਰ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਬੋਲਣਾ ਜੀ ਸਰਕਾਰ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵੇਖ ਦਾਨ ਸਹ ਦਾਨ ਭਰੋਸਾ ਦਾਨ ਦਾਨ ਸਰਦਾਨ ਰਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੋਣਗੇ ਜੁਗੋ ਜੁਗ ਅਡਾਲ ਧਰਮ ਕਹਿ ਜਾਏ ਕਾਲਾ ਧਿਆਨ ਤਰੀਕੇ ਸਾਧ ਸਿੰਘ ਬੋਲਣਾ ਜੀ ਇਹ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਰਪਿਆਂ ਦੀ ਓਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਬਦਲੀ ਹੈ ਜਦ ਪਾਤਸ਼ਾਹ ਜੀ ਆਪ ਦਾ ਪਾਵਨ ਨਿਵਾਣ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਨੁੱਖ ਏਕ ਹਰ ਨਾਮ ਦੇ ਮੇਰਾ ਮਨ ਧਨ ਸੀਤਰ ਹੋਏ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਕੇ ਕਬ ਸੀਠ ਹਰ ਨਾਮੋ ਮੰਤਰ ਦੜਾਇਆਂ ਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰ ਚਨਾ ਮਿਲਾਇਆ ਜਿਨ੍ਹਾਂ ਤੁਰੇ ਪਿਆਸੇ ਲੋਕ ਦੇ ਮਹਾਂਪੁਰਖ ਅਨੁਸਾਰ ਦੋ ਪਰਿਵਾਰਾਂ ਨੂੰ ਖੁਸ਼ੀਆਂ ਕੋਸ਼ਿਸ਼ ਕੀਤੀਆਂ ਨਾਲ ਜਿਹੜਾ ਉਹ ਆਸਰਾ ਲੈਂਦੇ ਹੋਏ ਆਓ ਜੀ ਲਾਕਾ ਦੇ ਸੇਵਕ ਸਰਦਾਰ ਗੁਰਮੀਤ ਸਿੰਘ ਜੀ ਇਹਨਾਂ ਦੇ ਸਪੁੱਤਰ ਸਰਦਾਰ ਸ਼ਿੰਗਾਰਾ ਸਿੰਘ ਜੀ ਸਰਦਾਰ ਮੇਵਾ ਸਿੰਘ ਜੀ ਇਹਨਾਂ ਦੀ ਸਪੁੱਤਰੀ ਬੀਬਾ ਸੰਦੀਪ ਕੌਰ ਸਰਦਾਰ ਸ਼ਿੰਗਾਰਾ ਸਿੰਘ ਬੀਬਾ ਸੰਦੀਪ ਕੌਰ ਦੇ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਈ ਹੈ ਚਾਰ ਲਾਲਾਂ ਦੇ ਜਾਪ ਬੇਅੰਤ ਸਤਿਗੁਰਬਾਣੀ ਦੇ ਕੀਰਤਨ
ਛੇ ਪੌੜੀ ਨੰਦ ਸਾਹਿਬ ਦੀ ਬਾਣੀ ਦੇ ਜਾਪ ਮੇਰੇ ਤਲ ਪਾਸ਼ਾਹੀ ਬਾਣੀ ਪੜੀ ਸੁਣੀ ਸਤਸੰਗ ਕੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਸੇਵਕਾਂ ਦੇ ਹਿਰਦਿਆਂ ਚੋਂ ਸੁਣਾ ਦੁੱਖਾਂ ਕਲੇਸ਼ਾਂ ਦੇ ਨਾਸ ਪਰਿਵਾਰਾਂ ਸੁਖ ਸ਼ਾਂਤੀ ਸੁਭਾਵੀ ਜੋੜੀ ਦੇ ਸਿਰ ਤੇ ਵੇਖ ਕਰ ਹੱਥ ਰੱਖਣਾ ਜੋੜੀ ਚਰਨਜੀਵ ਕਰਨੀ ਤਲ ਪਾਸ਼ਾਹੀ ਸੁਭਾਵੀ ਜੋੜੀ ਦਾ ਗ੍ਰਸਤ ਜੀਵਨ ਖੁਸ਼ੀਆਂ ਭਰਿਆ ਦੇਵ ਕਰਨਾ ਚੜ੍ਹਦੀਆਂ ਕਲਾ ਉਸਨੀਆਂ ਹਰ ਪ੍ਰਕਾਰ ਸਹਾਇਤਾ ਕਰਨੀ ਦੋਹਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਬਖਸ਼ਣ ਨਾਲ ਰਹਿੰਦੇ ਕਾਰਜ ਸੁਹੇਲੇ ਕਰਨੇ ਤਲ ਪਾਸ਼ਾਹ ਜੀ ਇਸੇ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਵਾਸਤੇ ਸੁੰਦਰ ਪੁਸ਼ਾਕੇ ਭੇਟਾ ਕੀਤੇ ਹੋਏ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਢੱਕਣੇ ਕੱਢਦਿਆਂ ਕਲਾ ਉਸਨੀਆਂ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਆਪ ਜੀ ਦਾ ਘਰ ਦੇ ਸੇਵਕ ਸਾਹਿਬ ਗੁਰਵੀਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਵਾਸਤੇ 2100 ਰੁਪਇਆ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮਾਲ ਜੀ ਦੇ ਸਥਾਨਾਂ ਵਾਸਤੇ 2100 ਰੁਪਇਆ ਅਤੇ ਸਕੂਲ ਵਾਸਤੇ 2100 ਰੁਪਇਆ ਇਕੱਠਾ ਕਰਦੇ ਹਨ ਤਾਂ ਪਾਤਸ਼ਾਹ ਸਾਹਿਬ ਮੀਰਾ ਸਿੰਘ ਜੀ ਦੇ ਪਰਿਵਾਰ ਨੂੰ 1500 ਰੁਪਇਆ ਗੁਰਦੁਆਰਾ ਸਿੰਘ ਸਭਾ ਵਾਸਤੇ ਇਕੱਠਾ ਕਰਦੇ ਹਨ। ਕਿਰਪਾ ਕਰਨੀ ਗੁਰਮੁਖ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨ ਲਈ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਡ ਦੂਰ ਕਰਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦੀ ਕਮਾਈਆਂ ਜੀ ਵਾਧੇ ਬਖਸ਼ਣੇ ਤਾਂ ਪਾਤਸ਼ਾਹ ਜੀ ਇਸ ਲੜਕੀ ਪਰਿਵਾਰ ਵੱਲੋਂ ਆਪ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਵਾ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗੇ ਪ੍ਰਸ਼ਾਦ ਸਮੂਹ ਸਾਧ ਸੰਗਤ ਨੂੰ ਕਰਤੋਂ ਦੀ ਆਗਿਆ ਹੋਵੇ ਜੋ ਜੀ ਸਕੀ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਤਲ ਪਾਸੇ ਨਾਮ ਕਾਰਜ ਦੀ ਰਸਮ ਨਿਭਾਉਂਦਿਆਂ ਤਲ ਪਾਸੇ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਵਿੱਚ ਸਮੇਂ ਦੀ ਹਿਕਮਤ ਕਰ ਲਈ ਅੱਗੇ ਤੋਂ ਸਤ ਬਾਣੀ ਪੜ੍ਹਨ ਦੀ ਸੇਵਾ ਕਰਨ ਦੇ ਬਾਅਦ ਬੁੱਧ ਨੂੰ ਪੁਰਾਣੇ ਦੱਸਣੇ ਇਸ ਵਧਾਈਆਂ ਸਮੂਹ ਸਾਧ ਸੰਗਤ ਦੀਆਂ ਹਾਜ਼ਰੀਆਂ ਲਵਾਓ ਤਿਲ ਫੁੱਲ ਢਾਵਾਂ ਪ੍ਰਵਾਨ ਕਰੋ ਕਦੋਂ ਕਦਮ ਲਿਖੇ ਲਾਓ ਮਿੱਤਰ ਹੁਕਮ ਨਾਨਕ ਸਾਹਿਬ ਵਸਦੇ ਹੋਏ ਸੇਵਕਾਂ ਨੂੰ ਨਿਹਾਲ ਕਰੋ ਹੁਕਮ ਨਾਨਕ ਤੇ ਚੱਲਣ ਦੀ ਸਮਰਥਾ ਬਖਸ਼ੋ ਸਹੀ ਪਿਆਰੀ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਹਮ ਕੋ ਮਿਲੋ ਚਲੈ ਕੋਈ ਰਾਜ ਕਰੇਗਾ ਖਾਲਸਾ ਰਾਖੀ ਪਾਰ ਹੋਏ ਸਭ ਮਿਲੇਂਗੇ ਮਜੇ ਸਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਸਤੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਤੋਂ ਤਕਾ ਮਰੀ ਕੀ ਰਾ ਮਨ ਕੀ ਬਸਾ
आनंद पया मेरी माए वाहे गुरु लक्ष्मीं बादशाहीं जे सतगुरु नदर करे पिता लोड़िए काम सफर पे आखिए कार्ज दे सवार सतगुरु सच साखिए दे महावाका अनुसार धन धन साहिब श्री गुरु ग्रंथ साहिब महाराज जी की हजूरी अंदर सतगुरु जी की अपार कृपा द्वारा सुभागी जोड़ी के आनंद कार की रस्म संपूर्ण हुई है सो सतगुरु जी आप कृपा करन सुभागी जोड़ी के अपना मेहर भरिया सिर ते हाथ रखन दोहां परिवारां नूं अते सारी ही संगत नूं सुभागी जोड़ी के आनंद कार दीआं लख लख वधाइयां होण जी सतगुरु जी आप सुभागी जोड़ी ते अपना मेहर भरिया सिर ते हाथ रखन अपने दरों करो नाम दान गुरसिखी वाला जीवन अमृत वेले की दात आप सतगुरु जी बच्चों की झोली के निवाजन गृहस्थी जीवन के चलन ने आप सतगुरु जी समर्था बख्शन दोहां ही परिवारां दे विच आपसी प्यार थवाक सतगुरु जी बना के रखने रहिंदे होए कारज परिवार दे आप धन धन साहिब श्री गुरु ग्रंथ साहिब महाराज जी अपना मेहर भरिया सिर ते हाथ रख के सवारन सो सारी ही संगत का गुरद्वारा साहिब विखे पहुंचण दे बहुत बहुत धन्नवाद जिया कीता जांदा सो आओ हुण आपां सतगुरु जी अगे अरदास बेनती करिए बुलाओ पते वाहे गुरु जी का खालसा वाहे गुरु जी की फतेह आगे अरदास पिंड सब तेरा वाहिगुरु सब तेरी वडियाई कोई नाम न जाने मेरा वाहिगुरु गुरु जी सतनाम श्री वाहिगुरु 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 अरदास ओंकार वाहिगुरु जी की फतेह श्री भगवती जी सहाय वाह श्री भगवती जी की पातशाही दसवीं प्रथम भगवती सिमरन कर गुरु नानक जी ध्याए फिर अंगद गुर ते अमरदास रामदास हम सहाय अर्जुन हर गुरु सिमरो श्री हर राय श्री हर कृष्ण ध्याई आए जिथे सब जाए ते बहादुर सिमरन कर नाम ध्याए ताए सब थाई होए सहाय जिसने पातशाही धन धन श्री गुरु गोबिंद सिंह जी महाराज सब थाई होए सहाय ਦਸਾਂ ਪਾਤਸ਼ਾਹੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਸ ਜੀ ਕਾ ਧਿਆਨ ਤਰਕੇ ਸਾਧ ਸਿੰਘ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਿੱਤਿਆ ਕੇ ਛਕਿਆ ਲੇਖ ਚਲਾਈ ਤੇ ਵਾਈ ਦੇਖ ਕੇ ਅਲਟ ਕੀਤਾ ਦਿਨਾਂ ਪਿਆਰਿਆਂ ਸੱਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਸਾਧ ਸਿੰਘ ਬੋਲਣਾ ਜੀ ਜਿਤ ਅਮਨ ਕਸਤ ਕਾ ਸਰਬ ਸੰਭੋ ਹੈ ਜਹਾਂ ਜਹਾਂ ਖਾਲਸਾ ਜੀ ਸਰਬ ਤਾਂ ਤਾਂ ਰੱਛਾ ਰਿਹਾ ਹੈ ਦੇਵ ਤੇਗ ਫਤਿਹ ਬੰਦ ਕੀ ਕਾਜ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਗੁਰਨਾ ਜੀ ਸਰਕਾਰ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵੇਖ ਦਾਨ ਸਹ ਦਾਨ ਭਰੋਸਾ ਦਾਨ ਦਾਨ ਸਰਦਾਨ ਰਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਨਾਮ ਚੌਂਕੀਆਂ ਝੰਡੇ ਹੋਣਗੇ ਜੁਗੋ ਜੁਗ ਅਟਾਲ ਧਰਮ ਕਹਿ ਜਾਏ ਕਾਲਾ ਧਿਆਨ ਤਰੀਕੇ ਸਾਧ ਸਿੰਘ ਬੋਲਣਾ ਜੀ ਤੇ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਰਪਿਆਂ ਦੀ ਔਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਬੋਲਦੇ ਹੈ ਚਰ ਪਾਤਸ਼ਾਹ ਜੀ ਆਪ ਜੀ ਦਾ ਬਾਪ ਮਨਮਾਣ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਨੁੱਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਰ ਹੋਏ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਰੇ ਪ੍ਰਭੂ ਹਰ ਦਰ ਕੇ ਕਬ ਸੀਠ ਹਰ ਨਾਮੋ ਮੰਤਰ ਦੜਾਇਨ ਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰ ਚਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਹਾਂਪੁਰਖ ਅਨੁਸਾਰ ਦੋ ਪਰਿਵਾਰਾਂ ਨੂੰ ਖੁਸ਼ੀਆਂ ਕੋਸ਼ਿਸ਼ ਕੀਤੀਆਂ ਨਾਲ ਜਿਹੜਾ ਉਹ ਆਸਰਾ ਲੈਂਦੇ ਹੋਏ ਆਪ ਜੀ ਲੜਕਾ ਦੇ ਸੇਵਕ ਸਰਦਾਰ ਗੁਰਮੀਤ ਸਿੰਘ ਜੀ ਇਹਨਾਂ ਦੇ ਸਪੁੱਤਰ ਸਰਦਾਰ ਸਿੰਗਾਰਾ ਸਿੰਘ ਜੀ ਸਰਦਾਰ ਮੇਵਾ ਸਿੰਘ ਜੀ ਇਹਨਾਂ ਦੀ ਸਪੁੱਤਰੀ ਬੀਬਾ ਸੰਦੀਪ ਕੌਰ ਸਰਦਾਰ ਸਿੰਗਾਰਾ ਸਿੰਘ ਬੀਬਾ ਸੰਦੀਪ ਕੌਰ ਦੇ
ਅਨੰਦ ਪਾਠੀ ਦਾ ਸੰਸਨ ਪੂਰਨ ਹੋਈ ਹੈ। ਚਾਰ ਲਾਣਾ ਦੇ ਜਾਪ ਬਿਆਨ ਸਭ ਗੁਰਬਾਣੀ ਦੇ ਕੀਰਤਨ ਛੇ ਪੌੜੀ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਮੇਰੇ ਤਲ ਪਾਸ਼ਾਈ ਬਾਣੀ ਪੜੇ ਸੁਣੀ ਸਤਸੰਗ ਕੇ ਪ੍ਰਵਾਨ ਕਰਨੀ ਪੜੇ ਸੁਣੀ ਬਾਣੀ ਦਾ ਭਾਵ ਸੇਵਕਾਂ ਦੇ ਹਿਰਦਿਆਂ ਚੋਂ ਸੁਣਾ ਮੁੱਖਾਂ ਮੇਰੇ ਸਾਹ ਨਿਰਾਸ ਪਰਿਵਾਰਾਂ ਸੁਖ ਸ਼ਾਂਤੀ ਸੁਭਾਵ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੋੜੀ ਚਰਨਜੀਵ ਕਰਨੀ ਤਲ ਪਾਸ਼ਾਈ ਸੁਭਾਵ ਜੋੜੀ ਦਾ ਗ੍ਰਸਤ ਜੀਵਨ ਖੁਸ਼ੀਆਂ ਭਰਿਆ ਦੇਵ ਕਰਨਾ ਚੜ੍ਹਦੀਆਂ ਕਲਾ ਉਸਦੀਆਂ ਹਰ ਪ੍ਰਕਾਰ ਸਹਾਇਤਾ ਕਰਨੀ ਦੋਹਾਂ ਪਰਿਵਾਰਾਂ ਆਪਸੀ ਪਿਆਰ ਇਤਫਾਕ ਬਖਸ਼ਣਾ ਰਹਿੰਦੇ ਕਾਰਜ ਸੁਹੇਲੇ ਕਰਨੇ ਤਲ ਪਾਸ਼ਾ ਜੀ ਇਸੇ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਵਾਸਤੇ ਸੁੰਦਰ ਪੁਸ਼ਾਕੇ ਭੇਟਾ ਕੀਤੇ ਹੋਏ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਦੇ ਪਰਦੇ ਢੱਕਣੇ ਚੜ੍ਹਦੀਆਂ ਕਲਾ ਉਸਦੀਆਂ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਆਪ ਜੀ ਦਾ ਘਰ ਦੇ ਸੇਵ ਸਾਹਿਬ ਗੁਰਵੀਰ ਸਿੰਘ ਜੀ ਨੂੰ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਵਾਸਤੇ 2100 ਰੁਪਇਆ ਅਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮਾਲ ਜੀ ਦੇ ਸਥਾਨਾਂ ਵਾਸਤੇ 2100 ਰੁਪਇਆ ਅਤੇ ਸਕੂਲ ਵਾਸਤੇ 2100 ਰੁਪਇਆ ਭੇਟਾ ਕਰਦੇ ਹਨ। ਤਰਪਾਸ਼ ਸਾਹਿਬ ਮੀਵਾ ਸਿੰਘ ਜੀ ਦੇ ਪਰਿਵਾਰ ਕੋਲ 1500 ਰੁਪਇਆ ਗੁਰਦੁਆਰਾ ਸਿੰਘ ਸਭਾ ਵਾਸਤੇ ਭੇਟਾ ਕਰਦੇ ਹਨ। ਕਿਰਪਾ ਕਰਨੀ ਗੁਰਮੁਖ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਡ ਦੂਰ ਕਰਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਸਦੀ ਕਮਾਈਆਂ ਜੋ ਵਾਧੇ ਵਸਨੇ ਤਰਪਾਸ਼ਾ ਜੀ ਇਸ ਲੜਕੀ ਪਰਿਵਾਰ ਵੱਲੋਂ ਆਪ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗਾ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗੇ ਪ੍ਰਸ਼ਾਦ ਸਿੰਘ ਸਾਧ ਸਿੰਘ ਚਰਤੋਂ ਦੀ ਆਗਿਆ ਹੋਵੇ ਜੋ ਜੀ ਸਕੀ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਤਰਪਾਸ਼ੇ ਨਾਮ ਕਾਰਜ ਦੀ ਰਸਮ ਗਵਾਉਂਦਿਆਂ ਤਰਪਾਸ਼ੇ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਵਿੱਚ ਸਿੰਘ ਦੇ ਕਿਵਾਂ ਕਰਨੀ ਅੱਗੇ ਤੋਂ ਸਤ ਦਸਬਾਣੀ ਪੜ੍ਹਨ ਦੀ ਸੇਵਾ ਕਰਨ ਦੇ ਬਾਅਦ ਬੁੱਧ ਨੂੰ ਪੁਰਾਣੇ ਬਖਸ਼ਣੇ ਇਸ ਵਧਾਈਆਂ ਸਮੂਹ ਸਾਧ ਸਕੇ ਦੀਆਂ ਹਾਜ਼ਰੀ ਲਵਾਓ ਤਿਲ ਕੋਲ ਢਾਵਾਂ ਪ੍ਰਵਾਨ ਕਰੋ ਕਦੋਂ ਕਦਮ ਲਿਖੇ ਲਾਓ ਮਿੱਤਰ ਹੁਕਮ ਨਾਨਕ ਸਾਹਿਬ ਵਸਦੇ ਹੋਏ ਸੇਵਕਾਂ ਨੂੰ ਨਿਹਾਲ ਕਰੋ ਹੁਕਮ ਨਾਨਕ ਦੇ ਚਰਨ ਦੀ ਸਮਰਥਾ ਬਖਸ਼ੋ ਸਹੀ ਪਿਆਰੀ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਜਿਹੜੇ ਭਾਵੇਂ ਸਰਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਹਮ ਕੋ ਮਿਲੋ ਚਲੈ ਕੋ ਸ਼ਬਦ ਰਾਜ ਕਰੇਗਾ ਖਾਲਸਾ ਰਾਖੀ ਪਾਰ ਹੋਏ ਸਭ ਮਿਲੇਂਗੇ ਮਜੇ ਸਰ ਵਾਹਿਗੁਰੂ ਨਾਮ ਜਹਾ ਜਹੈ ਤੜੇ ਸੁਸਤੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਤਾਰਨ ਜੋ ਸਰਦਾ ਕਰ ਸੇਵਦੇ ਗੁਰ ਪਾਰ ਤਾਰਨ ਮੋਲੇ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਕੀਤਾ ਲੋੜੀਏ ਕੰਮ ਸੋਹਰ ਪਹਿ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸਤਨਾਮ ਵਾਹਿਗੁਰੂ ਸੋਰਠ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਹੇ ਜਾਈਏ ਤਹਾਂ ਸਹੇਲੇ
ਮੱਥਾ ਟੇਕ ਕੇ ਖੜੇ ਹੋਣਾ ਦੋਨਾਂ ਨੂੰ ਅੱਛਾ ਇੱਦਾਂ ਵੀ ਹੁੰਦੀ ਪੱਲਾ ਵਧਾਓ ਜੀ ਪੱਲਾ ਵਧਾਓ ਪੱਲਾ ਵਧਾਓ ਤੁਸੀਂ ਕਰ ਦਿਓ ਹੋਰ ਭਾਵੇਂ ਬਸ ਤੁਸੀਂ ਕਰ ਦਿਓ ਕੋਈ ਨਹੀਂ ਮੈਨੂੰ ਘਰ ਦਾ ਚਾਹੀਦਾ ਤੁਸੀਂ ਕਰ ਦਿਓ ਉਧਰ ਰੱਖ ਲਓ ਭਾਈ ਦੇ ਮੋਢੇ ਤੇ ਮੱਥਾ ਟੇਕ ਕੇ ਭਾਈ ਮੱਥਾ ਟੇਕ ਕੇ ਖੜੇ ਹੋ ਜਾਓ ਤੁਸੀਂ ਮੱਥਾ ਟੇਕ ਨਾ ਨਾ ਕੱਟ ਰੋ ਖੜੇ ਹੋ ਜਾਓ ਕਿਰਪਾਨ ਲੈ ਲਓ ਉੱਥੇ ਬੈਠੋ ਲਗਵਾਉਂਦੇ ਹਾਂ ਰੋਟੀ ਵੀਰੇ ਦੇਖੀ ਇੱਕ ਮਿੰਟ ਲਈ ਵੀਰੇ ਦੇਖੀ
ਕਰਨਾ ਪੈਣਾ ਆ ਉਹ ਲਾਈਵ ਬੰਦ ਹੋ ਗਿਆ ਆ ਬਾਅਦ ਚਾੜ ਦੇਣੀ ਮਤਲਬ
ਇਧਰ ਸਾਹਮਣੇ
ਅੰਕਲ ਜੀ ਇੱਧਰ ਇੱਥੇ ਦੇਖੋ ਜੀ ਤੂੰ ਨਾ ਬੈਠਾ ਰਹਿ ਬੈਠਾ ਤੂੰ ਹਿੱਲਿਆ ਤਾਂ ਔਖਾ ਹੋ ਜਾਊਗਾ ਭਾਈ ਇਹ ਸਾਹਮਣੇ ਦੇਖਿਓ ਅੱਖਾਂ ਨਾ ਬੰਦ ਕਰਿਓ ਬੀਜੀ ਪਿੱਛੇ ਹੋਇਓ ਤੁਸੀਂ ਅੱਖਾਂ ਬੰਦ ਆ ਦੁਬਾਰਾ ਕਰਾਓ ਭਾਜੀ ਅੱਖਾਂ ਬੰਦ ਕਰਿਓ ਹੱਥ ਅੱਗੇ ਕਰਿਓ ਭਾਜੀ ਇਹ ਦੇਖਿਓ ਇੱਥੇ ਦੇਖਿਓ ਕੋਈ ਬੰਦਾ ਕਰੀ ਜਾਵੇ ਆਂਟੀ ਥੋੜਾ ਪਿੱਛੇ ਹਾਂਜੀ ਦੇਖਿਓ ਤਾਂ ਸਾਹਮਣੇ ਹਾਂਜੀ ਬੈਠ ਬਹਿ ਜਾਓ ਵਧੀਆ ਥੋੜਾ ਨੌਲੇਜ ਹਾਂਜੀ ਥੋੜਾ ਇੱਧਰ ਹੋ ਜਾਓ ਦੇਖਿਓ ਥੋੜੇ ਸਿੱਧੇ ਹੋ ਜਾਓ ਹਾਂਜੀ ਦੇਖਿਓ ਸਾਹਮਣੇ ਹਾਂਜੀ ਭਾਜੀ ਗਰਦਨ ਸਿੱਧੀ ਕਰੋ ਹਾਂਜੀ ਠੀਕ ਹੈ ਜੀ ਹਾਂਜੀ ਵੇਖਾਂ ਨਹੀਂ ਵੇਖਾਂ ਇਹ ਤਾਂ ਸਾਹਮਣੇ ਬੈਠ ਜਾਓ ਬੈਠ ਕੇ ਕਰਵਾ ਲਓ ਇੱਕ ਹਾਂਜੀ ਦੇਖਿਓ ਸਾਹਮਣੇ ਹਾਂਜੀ ਠੀਕ ਹੈ ਜੀ ਨਹੀਂ ਤਾਂ ਅੱਜ ਲੋੜ ਹੀ ਨਹੀਂ ਚੱਕਰ ਇਹ ਦੇਖਿਓ ਸਾਹਮਣੇ ਬੇਟਾ ਇੱਧਰ ਭਾਜੀ ਮਾੜੀ ਤਾਂ ਇਹਦੇ ਸਾਹਮਣੇ ਮੋਬਾਈਲ ਪਿੱਛੇ ਕਰ ਵੇਟ ਕਰਿਓ ਬੱਚਾ ਦੇਖੋ ਸਾਹਮਣੇ ਹਾਂਜੀ 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 ਬਾਬੂ ਠੀਕ ਹੈ ਭਾਜੀ
ਔਲਾ ਕਰ ਲੈਣਾ ਚੁੱਕਾ ਭਾਜੀ ਕਿੱਚੀ ਫੋਟੋ ਜਾ ਤੁਸੀਂ ਭਾਜੀ ਥੋੜ੍ਹਾ ਬਾਹਰ ਨੂੰ ਆ ਜਾਓ ਨਾਲ ਨੂੰ ਆ ਜਾਓ ਘੁੰਮ ਜਾਓ ਸਾਹਮਣੇ ਨੂੰ ਘੁੰਮੋ ਨਹੀਂ ਕੰਮ ਸਾਹਮਣੇ ਘੁੰਮੋ ਹਾਂਜੀ ਇੱਦਾਂ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਹੋਰ ਹੋ ਗਿਆ ਜੀ ਹਾਂਜੀ ਵੇਟ ਕਰਨੀ ਇੱਧਰ ਦੇਖਣਾ ਜੀ ਸਾਹਮਣੇ ਹਾਂਜੀ ਸਾਹਮਣੇ ਇੱਧਰ ਓਕੇ ਸਰ ਹਾਂਜੀ ਠੀਕ ਹੈ ਜੀ ਦੇਖਿਓ ਸਾਹਮਣੇ ਹਾਂਜੀ ਵੇਟ ਕਰਿਓ ਹਾਂਜੀ ਵੇਟ ਕਰਨੀ ਤਾਂ ਇੱਥੇ ਦੇਖਣਾ ਸਾਹਮਣੇ ਵੇਟ ਕਰਨੀ ਮੈਮ ਥੋੜ੍ਹਾ ਜਿਹਾ ਫੇਸ ਤੱਕ ਰੁਕ ਜਾਓ ਇੱਕ ਮਿੰਟ ਇੱਧਰ ਦੇਖਿਓ ਆਂਟੀ ਜੀ ਹਾਂਜੀ ਅੰਕਲ ਜੀ ਇੱਧਰ ਇੱਕ ਮਿੰਟ ਰੁਕਿਓ ਇੱਧਰ ਸਾਹਮਣੇ ਦੇਖਿਓ ਯੈਸ ਠੀਕ ਹੈ ਜੀ ਯਾਰ ਮੜੀ ਟਾਈ ਸੈੱਟ ਕਰਵਾਉਣੀ ਸੀ ਮੁੰਡੇ ਦੀ ਬਹੁਤ ਜ਼ਿਆਦਾ ਕਰ ਲੈਣ ਦੋ ਪਹਿਲਾਂ ਭਾਜੀ ਬੈਠਾ ਭਾਜੀ ਬਹਿ ਜਾਓ ਇੱਥੇ ਹਾਂਜੀ ਦੇਖਿਓ ਕਰਵਾ ਲਓ ਭਾਜੀ ਬਾਰੇ ਕਰਾਓ ਕਰੋ ਪਹਿਲਾਂ ਤੁਸੀਂ ਹਾਂਜੀ ਇਹ ਤਾਂ ਦੇਖਿਓ ਭਾਜੀ ਹਾਂਜੀ ਇਹ ਤਾਂ ਸਾਹਮਣੇ ਵੇਟ ਕਰਨੀ ਭਾਜੀ ਇੱਧਰ ਦੇਖਿਓ ਮੈਮ ਇੱਧਰ ਦੇਖਿਓ ਇੱਧਰ ਆ ਦੇ ਚਿੜੀ ਇੱਧਰ ਹੈਲੋ ਆ ਦੇ ਵੇਟ ਵੇਟ ਇੱਧਰ ਦੇਖਣਾ ਹਾਂਜੀ ਭਾਈ ਸਾਹਮਣੇ ਇੱਧਰ ਦੇਖਣਾ ਹੋਰ ਦੇਖਣਾ ਇੱਧਰ ਠੀਕ ਆਓ ਯਾਰ ਉਹਨੂੰ ਕਰਨਾ ਹਾਂਜੀ ਦੇਖਣਾ ਜੀ ਹਾਂਜੀ ਇੱਕ ਵਾਰ ਠੀਕ ਹੈ ਜੀ ਉਹਨੂੰ ਇਹਦੇ ਉੱਪਰ ਦੀ ਕੱਢ ਲਾ ਇਦਾਂ ਕਰੀ ਫੁੱਟ ਤੇਰਾ ਦੇਹੀ ਪਿੰਡ ਆ ਕਰੀ ਫੁੱਟ ਲਾਗੇ ਘਰ ਆ ਕੰਮ ਕਰਦੇ ਕੰਬਲ ਚਾਹੀਦਾ ਇਹ ਦੇਖੋ ਬੁਖਾਰ ਹੋ ਗਿਆ ਸਰ ਆਇਓ ਥੋੜ੍ਹੇ ਇੱਧਰ ਹੋਰ ਆਇਓ ਬੈਕ ਹਾਂਜੀ ਖੜੇ ਬਣ ਹਾਂਜੀ ਥੋੜੇ ਜਿਹਾ ਦਬਾ ਹਾਂਜੀ ਇੱਕ ਦੇਖਣਾ ਜੀ ਸਾਹਮਣੇ ਬਾਬੇ ਤੋਂ ਮਿਲ ਜਾਂਦਾ ਠੀਕ ਹੈ ਜੀ ਇੱਕ ਮਿੰਟ ਜੀ ਬਹਿ ਜਾਓ ਬਹਿ ਜਾਓ ਇੱਕ ਮਿੰਟ ਬਹਿ ਜਾਓ ਉਹ ਬੰਦਾ ਕਾਫੀ ਵਾਲਾ ਉਹ ਕਾਫੀ ਇਹ ਦੇਖੋ ਉਹ ਜ਼ਹਿਰ ਜਿਹਾ ਵੀ ਇਹ ਦੇਖਿਓ ਥੱਲੇ ਪੀ ਜਾਂਦਾ ਲਿਆ ਦਾ ਨਾ ਉਧਰੋ ਨਹੀਂ ਨਹੀਂ ਪੀ ਲੈ ਜਾ ਲਿਆ ਕਿਆ ਤੂੰ ਅਸੀਂ ਦੋਨੇ ਜਾਣੇ ਬੈਠੇ ਥੋੜਾ ਇਧਰ ਅੰਕ ਥੋੜਾ ਕੋਟ ਕਰਿਓ ਏਦਾਂ ਸੈੱਟ ਤੁਸੀਂ ਆਪਣਾ ਹਾਂਜੀ ਇੱਕ ਬਟਨ ਲਾ ਹੀ ਲਓ ਤੁਸੀਂ ਲਗਾ ਲਓ ਹਾਂਜੀ ਦੇਖਣ ਸਾਹਮਣੇ ਥੋੜੇ ਸਿੱਧੇ ਹੋ ਜਾਓ ਇੱਧਰ ਨੂੰ ਹਾਂਜੀ ਹਾਂਜੀ ਇੱਧਰ ਰੱਖਣਾ ਜੀ
ہاں جی ٹھیک ہے جی ਬੈਠਣਾ ਨਹੀਂ ਅਗਲੇ ਦਾ ਪ੍ਰੋਗਰਾਮ ਨਹੀਂ ਡਿੱਗਦਾ ਮਾਮਾ 50000 ਦੀ ਗਿੰਬਲ ਆ ਜਿੱਤੇ ਮੈਂ ਟਕਾ ਤਾ ਉਹ ਮੋਰੇ ਕਿੱਥੇ ਨਹੀਂ ਹੁੰਦੀ ਬਹਿ ਜਾ ਹੁੰਦੀ ਹਾਂਜੀ ਕਰ ਲੋ ਹਾਂਜੀ ਦੇਖਣਾ ਸਾਹਮਣੇ ਹਾਂਜੀ ਇੱਧਰ ਰੱਖਣਾ ਹਾਂਜੀ ਬੈਠੋ 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 ਬੈਠੇ ਰਹੋ ਬੈਠੋ ਤੁਸੀਂ ਹਾਂਜੀ ਆਂਟੀ ਤੁਸੀਂ ਪਿੱਛੇ ਚਲ ਜਾਓ ਮਾੜੇ ਬੈਕ ਸਾਈਡ ਤੇ ਖੜੇ ਹਾਂਜੀ ਬੈਕ ਸਾਈਡ ਤੇ ਖੜ ਲਿਓ ਨਾ ਤੁਸੀਂ ਆ ਬੈਗ ਰੱਖ ਦਿਓ ਪਿੱਛੇ ਥੱਲੇ ਰੱਖ ਦਿਓ ਥੱਲੇ ਇੱਥੇ ਰੱਖ ਲਓ ਕੋਲੇ ਕੋਲੇ ਰੱਖ ਦਿਓ ਹਾਂਜੀ ਠੀਕ ਹਾਂਜੀ ਆਂਟੀ ਤੁਸੀਂ ਨਾਲ ਆਓ ਪਹਿਲਾਂ ਅੱਗੇ ਨੂੰ ਆਓ ਸੋਫੇ ਦੇ ਨਾਲ ਆ ਜਾਓ ਤੁਸੀਂ ਵੀ ਇੱਧਰਲੇ ਪਾਸੇ ਆ ਜਾਓ ਇੱਧਰ ਪਾਸੇ ਅੱਗੇ ਆ ਜਾਓ ਅੱਗੇ ਨਾਲ ਅੱਗੇ ਨੂੰ ਆ ਜਾਓ ਇਹ ਵੀ ਦੇਣ ਭਲਾ ਆ ਰੱਖ ਦਿਓ ਮੜੀਆ ਸਾਈਡ ਤੇ ਇੱਥੇ ਹਾਂਜੀ ਕੋਲੇ ਰੱਖ ਲਓ ਆਪਣੇ ਨਾਲ ਆ ਜਾਓ ਭਾਜੀ ਉਹਨਾਂ ਦੇ ਕੋਲ ਦੇਖ ਤੂੰ ਕਹਿੰਦਾ ਕਿਵੇਂ ਹਾਂਜੀ ਥੋੜਾ ਅੱਗੇ ਨੂੰ ਹਾਂਜੀ ਥੋੜਾ ਅੱਗੇ ਨੂੰ ਆ ਜਾਓ ਅੱਗੇ ਨੂੰ ਆਂਟੀ ਹੁਣਾਂ ਨੂੰ ਇੱਧਰ ਕਰ ਲਓ ਆਂਟੀ ਹੁਣਾਂ ਦਾ ਫੇਸ ਨਹੀਂ ਆਂਟੀ ਜੀ ਤੁਸੀਂ ਬਾਹਰਲੇ ਬੰਨੇ ਆ ਜਾਓ ਤੁਸੀਂ ਇਸ ਸਾਈਡ ਤੇ ਆ ਜਾਓ ਤੁਹਾਡਾ ਫੇਸ ਨਹੀਂ ਦੀਂਦਾ ਨਹੀਂ ਤੁਸੀਂ ਚੱਲ ਜਾਓ ਉੱਥੇ ਤੁਸੀਂ ਉੱਥੇ ਚੱਲ ਜਾਓ ਚੇਂਜ ਹੋ ਜਾਓ ਹਾਂਜੀ ਚੇਂਜ ਹੋ ਜਾਓ ਤੁਸੀਂ ਆਓ ਜੀ ਬਾਹਰ ਨੂੰ ਅੰਕਲ ਜੀ ਤੁਸੀਂ ਇੱਧਰ ਨੂੰ ਆ ਜਾਓ ਬਸ ਠੀਕ ਹੈ ਆ ਜਾਓ ਤੁਸੀਂ ਨਾਲ ਆ ਜਾਓ ਸਹੀ ਸੀ ਜਗ੍ਹਾ ਤੇ ਸਾਰੇ ਅੱਗੇ ਆ ਠੀਕ ਹੈ ਅੱਗੇ ਨੂੰ ਸੀਟ ਦੇ ਨਾਲ ਹੋ ਜਾਓ ਹਾਂਜੀ ਦੇਖਣਾ ਸਾਹਮਣੇ ਉਹ ਸਾਰੇ ਬੰਦ ਏਰੀਏ ਹੋ ਗਿਆ ਜੀ 11 ਵਜੇ ਤੱਕ ਦੇ ਬੰਦ ਸਰਕਾਰ ਨੇ ਨੈਟ ਬੰਦ ਕਰਤਾ ਗਵਰਨਮੈਂਟ ਹਾਂਜੀ ਹਾਂਜੀ ਇੱਕ ਵਾਰ ਦੇਖਣਾ ਸਾਹਮਣੇ ਇੱਧਰ ਇਸ ਕੈਮਰੇ 'ਚ ਐਚ ਹਾਂਜੀ ਜਸ ਸਟੱਡੀ ਹਾਂਜੀ ਇਹਦਾ ਦੇਖਿਓ ਹੁਣ ਸਾਰੇ ਜਣੇ ਇੱਧਰ ਇਸ ਕੈਮਰੇ 'ਚ ਹਾਂਜੀ ਇੱਧਰ ਸਾਹਮਣੇ ਓਕੇ ਜੀ ਬੈਠਾ ਪਹਿਲਾਂ ਕੋਈ ਨਹੀਂ ਭਾਜੀ ਨਾਲ ਆ ਜਾਓ ਸੋਫੇ ਦੇ ਨਾਲ ਆ ਜਾਓ ਅੱਗੇ ਨੂੰ ਭਾਜੀ ਤੁਸੀਂ ਥੋੜ੍ਹਾ ਜਿਹਾ ਇੱਧਰ ਆਇਓ ਇੱਧਰ ਬਸ ਠੀਕ ਤੁਸੀਂ ਸੈਂਟਰ 'ਚ ਆ ਜਾਓ ਜੀ ਹਾਂ ਬਸ ਠੀਕ ਹੈ ਹਾਂਜੀ ਦੇਖਣਾ ਸਾਹਮਣੇ ਭਾਜੀ ਥੋੜ੍ਹੀ ਦੇਰ ਤੁਹਾਨੂੰ ਬਸ ਠੀਕ ਹਾਂਜੀ ਦੇਖਣਾ ਸਾਹਮਣੇ ਇਸ ਕੈਮਰੇ 'ਚ ਹਾਂਜੀ ਹਾਂਜੀ ਇੱਕ ਹੋਰ ਹਾਂਜੀ ਇੱਧਰ ਰੁਕਿਓ ਜੀ ਇੱਧਰ ਦੇਖਿਓ ਸਾਹਮਣੇ ਹਾਂਜੀ ਇੱਧਰ ਸਾਹਮਣੇ ਠੀਕ ਹੈ ਜੀ ਹਾਂਜੀ ਸਰ ਇੱਧਰ ਲੈ ਕੇ ਆਓ ਤੁਸੀਂ ਇੱਧਰ ਆ ਜਾਓ ਜੀ ਅੰਕਲ ਅੱਛਾ ਨਾਲ ਆਉਣਾ ਹਾਂਜੀ ਠੀਕ ਹੈ ਥੋੜ੍ਹਾ ਇੱਦਾਂ ਹਾਂਜੀ ਸਰ ਕੋਰਸੇ ਕਰੋ ਜੀ ਬਸ ਠੀਕ ਹੈ ਜੀ ਹੁਣ ਓਕੇ ਹਾਂ ਅੰਦਰ ਨੂੰ ਘੁੰਮ ਜਾਓ ਤੁਸੀਂ ਇੱਧਰ ਨੂੰ ਇੱਧਰ ਨੂੰ ਅੰਦਰ ਨੂੰ ਹਾਂਜੀ ਹਾਂਜੀ ਮੂੰਹ ਨੂੰ ਕਰ ਲਓ ਜੀ ਆ ਜਾਓ ਅੱਗੇ ਆ ਜਾਓ ਅੱਗੇ ਨੂੰ ਸੀਟ ਦੇ ਨਾਲ ਨੂੰ ਆ ਜਾਓ ਹਾਂਜੀ ਠੀਕ ਹੈ ਤੁਸੀਂ ਸਿੱਧੇ ਬਸ ਥੋੜ੍ਹਾ ਜਿਹਾ ਠੀਕ ਹਾਂਜੀ ਠੀਕ ਹਾਂਜੀ ਸਰ ਦੇਖਣਾ ਸਾਹਮਣੇ ਹਾਂਜੀ ਠੀਕ ਹੈ ਭਾਜੀ ਥੋੜ੍ਹੀ ਕਰ ਦਿਓ ਸਿੱਧੀ ਹਾਂਜੀ ਦੇਖਣਾ ਸਾਹਮਣੇ ਇਸ ਕੈਮਰੇ 'ਚ ਹਾਂਜੀ ਯੈਸ ਪਲੀਜ਼ ਵੇਟ ਕਰਿਓ ਇੱਦਾਂ ਹੀ ਵੇਟ ਕਰਿਓ ਹਾਂਜੀ ਇੱਧਰ ਦੇਖਣਾ ਸਾਹਮਣੇ ਹੋ ਗਿਆ ਇੱਧਰ ਸਾਹਮਣੇ ਹਾਂਜੀ ਸਾਹਮਣੇ ਜੀ ਇੱਧਰ ਓਕੇ ਇੱਕ ਇੱਧਰ ਕਰ ਲਓ ਹਾਂਜੀ ਦੇਖਣਾ ਸਾਹਮਣੇ ਸਮਾਈਲ ਠੀਕ ਹੈ ਜੀ
ਰਵੀ ਤੂੰ ਸਾਈਡ ਤੇ ਪਿੱਛੇ ਜਾ ਉਹਨੂੰ ਕੁੜੀਆਂ ਲੈ ਬੈਠ ਜਾ ਬੈਠ ਹਾਂਜੀ ਭਾਈ ਥੋੜ੍ਹਾ ਜਿਹਾ ਇੱਧਰ ਹੋ ਜਾਓ ਥੋੜ੍ਹਾ ਇੱਧਰ ਹੋ ਜਾਓ ਹਾਂਜੀ ਠੀਕ ਹੈ ਅੰਕਲ ਜੀ ਅੰਦਰ ਨੂੰ ਘੁੰਮ ਜਾਓ ਅੰਦਰ ਨੂੰ ਮਾੜੇ ਹੱਥ ਇੱਦਾਂ ਕਰ ਲਓ ਹਾਂਜੀ ਠੀਕ ਹੈ ਇੱਦਾਂ ਦੇਖਣਾ ਸਾਹਮਣੇ ਥੋੜ੍ਹਾ ਚਿੰਨ ਡਾਊਨ ਕਰੋ ਯੈਸ ਆਂਟੀ ਜੀ ਤੁਸੀਂ ਪਿੱਛੋਂ ਇੱਧਰ ਆ ਜਾਓ ਆ ਜਾਓ ਆ ਜਾਓ ਅੱਗੇ ਆ ਜਾਓ ਥੋੜ੍ਹੇ ਅੱਗੇ ਕੁੜੀ ਦੇ ਨਾਲ ਆ ਜਾਓ ਅੱਗੇ ਹਾਂਜੀ ਠੀਕ ਹੈ ਆ ਜਾਓ ਦੇਖਣਾ ਸਾਹਮਣੇ ਹਾਂਜੀ ਸਮੈਕ ਪਨੋਰ ਯੈਸ ਹਾਂਜੀ ਸੇਮ ਇੱਧਰ ਰਹਿਣਾ ਇੱਧਰ ਦੇਖਣਾ ਕਿੱਥੇ ਲਾਈ ਇੱਥੇ ਸਾਹਮਣੇ ਜੀ ਇੱਧਰ ਵੇਟ ਕਰਨੀ ਇੱਧਰ ਹੀ ਸਾਹਮਣੇ ਥੋੜੀ ਜੀ ਵੇਟ ਕਰਨੀ ਦੁਬਾਰਾ ਭਾਈ ਹਲਕਾ ਜੀ ਥੋੜੀ ਉੱਪਰ ਕਰਨ ਲਾ ਦੇ ਹਾਂਜੀ ਇੱਧਰ ਸਾਹਮਣੇ ਉਹ ਪਤਾ ਕੀ ਹੋਇਆ ਇੱਕ ਮਿੰਟ ਉਹ ਮੋਰੇ ਠੀਕ ਹੈ ਇੱਧਰ ਰੱਖਣਾ ਇੱਕ ਮਿੰਟ ਤੁਸੀਂ ਆਏ ਹੋਏ ਸਾਈਡ ਤੇ ਇਸ ਸਾਈਡ ਤੇ ਅੰਕ ਥੋੜੇ ਅੰਦਰ ਨੂੰ ਹੋ ਜਾਓ ਸਾਈਡ ਸੈਂਟਰ ਚ ਨੂੰ ਬਸ 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 ਅੱਜ ਥੋੜੇ ਆ ਬਾਹਰ ਆ ਚੁੰਨੀ ਸਹੀ ਕਰੋ ਚੁੰਨੀ ਸਹੀ ਹੈ ਸਹੀ ਆ ਹਾਂਜੀ ਦੇਖਿਓ ਸਾਹਮਣੇ ਯੈਸ ਪਲੀਜ਼ ਥੋੜਾ ਸਿਟ ਡਾਊਨ ਯੈਸ ਸਮਾਈਲ ਯੈਸ ਪਲੀਜ਼ ਉਹਨੂੰ ਕੱਢ ਦੇ ਨੂੰ ਵੇਟ ਵੇਟ ਵਨ ਮੋਰ ਹਾਂਜੀ ਪਿੱਛੇ ਹੱਥ ਪਾ ਕੇ ਪਿੱਛੇ ਹੱਥ ਪਾ ਕੇ ਕਰ ਦੇ ਮੈਂ ਤਾਂ ਥੈਂਕ ਯੂ ਓਕੇ ਸਿੱਧਾ ਹੋ ਗਿਆ ਨਾ ਉਹ ਬੰਗਾ ਜਿਹਾ ਹੋਇਆ ਸੀ ਅੱਛਾ ਉਹ ਕਹਿੰਦਾ ਸੀ ਮੈਂ ਤਾਂ ਕਿ ਇਧਰੋਂ ਕੋਈ ਜੇ ਨਹੀਂ 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 ਬਹੁਤ ਜਣ ਆਉਣੇ ਆ ਤੇ ਲੋਡ ਪੈ ਜਾਣਾ ਕਿ ਜਿੱਦਾਂ ਨਾ ਰਿਕਾਰਡਿੰਗ ਕੀ ਚੱਲੀ ਜਾਵੇ ਨਹੀਂ ਹੋਏ ਉਹੇ ਹੁਣ ਤਾਂ ਲੇਪੀ ਉੜ ਜਵੇ ਨਹੀਂ ਨਹੀਂ ਇਹ ਨਵਿਆਂ ਚ ਆ ਗਿਆ ਸਿਸਟਮ ਕਰਾਣਾ ਹੈ ਫਿਰ ਜੋ ਬੈਟਰੀ ਲੱਗ ਜਾ ਰਿਹਾ ਭਾਜੀ ਨਾਲ ਹੋ ਜਾਓ ਮਾੜਾ ਫੇਸ ਭਾਜੀ ਮੈਂ ਖਿੱਚ ਦੇ ਇੱਧਰ ਸਾਹਮਣੇ ਮੈਮ ਥੋੜਾ ਫੇਸ ਇੱਧਰ ਇੱਥੇ ਦੇਖਿਓ ਸਾਹਮਣੇ ਤੁਸੀਂ ਰੋਕਿਓ ਹੈ ਭਾਜੀ ਇੱਧਰ ਕੋਈ ਇੱਧਰ ਵੇਟ ਕਰਨੀ ਇੱਦਾਂ ਜੀ ਇੱਧਰ ਰਿਓ ਹਾਂਜੀ ਭਾਜੀ ਨਾਲ ਇੱਧਰ ਸਨੈਪ ਕਰੋ ਯੈਸ ਪਲੀਜ਼ ਦੇਖਣਾ ਹਾਂਜੀ ਯੈਸ ਰੈਡੀ ਵੇਟ ਕਰੋ ਇੱਧਰ ਇੱਧਰ ਰੱਖਣਾ ਹਾਂਜੀ ਯੈਸ ਓਕੇ ਸਰ ਵੇਟ ਕਰੋ ਵੇਟ ਇਸ ਸਾਈਡ ਤੇ ਬੈਠੇ ਹੋ ਭਾਜੀ ਉਧਰ ਆਉਣਾ ਭਾਜੀ ਇਹ ਤਾਂ ਭਾਜੀ ਨੂੰ ਗ੍ਰਿਪ ਕਰ ਲਿਓ ਤਾਂ ਮੈਂ ਤੁਸੀਂ ਵੀ ਦੇਖੋ ਕਰੋ ਕੋਲ ਹਾਂਜੀ ਦੇਖਣਾ ਸਾਹਮਣੇ ਯੈਸ ਪਲੀਜ਼ ਇੱਕ ਹੋਰ ਜੀ ਹਾਂਜੀ ਯੈਸ ਹਾਂਜੀ ਯੈਸ ਰੈਡੀ ਓਕੇ 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 ਜੀ ਓਕੇ ਤੁਸੀਂ ਬਹਿ ਜਾਓ ਹਾਂਜੀ ਨਾਲ ਹੋ ਜਾਓ ਥੋੜੇ ਹਾਂਜੀ ਪਿੱਛੋਂ ਤੁਸੀਂ ਨਾਲ ਹੋ ਜਾਓ ਹਾਂਜੀ ਯੈਸ ਵੇਟ ਕਰਿਓ ਇੱਦਾਂ ਹੀ ਲਓ ਭਾਜੀ ਹਾਂਜੀ ਵੇਟ ਅੰਕਲ ਜੀ ਮਾੜਾ ਹੱਥ ਕੀਤਾ ਭਾਜੀ ਮਾੜਾ ਕਰ ਇਹ ਦੇਖਿਓ ਮੈਮ ਇੱਧਰ ਨੂੰ ਫੇਸ ਕਰ ਇੱਥੇ ਸਾਹਮਣੇ ਵੇਟ ਕਰਨੀ ਇੱਧਰ ਦੇਖਿਓ ਆਂਟੀ ਜੀ ਮਾੜਾ ਫੇਸ ਕਰੀ ਤਾਂ ਪਤਾ ਅੰਦਰ ਲੱਗੇ ਦੇਖਿਓ ਸਾਹਮਣੇ ਜੀ ਹਾਂਜੀ ਸਾਹਮਣੇ ਓਕੇ ਜੀ ਐਮਪੂਰ ਦੇ ਵਿੱਚ ਹੈਗਾ ਪਰ ਮੈਨੂੰ ਨਹੀਂ ਲੱਗਦਾ ਜਿੱਥੋਂ ਆਪਾਂ ਕਾਰਡ ਸਿਲੈਕਟ ਕਰਦੇ ਆ ਨਾ ਉੱਥੇ ਹੁੰਦਾ ਕਾਰਡ ਹਾਂਜੀ ਹਾਂਜੀ ਨੰਗੋ ਹਾਂਜੀ ਰੈਡੀ ਇੱਕ ਮਿੰਟ ਜੀ ਹਾਂਜੀ ਆ ਜਾਓ ਇੱਧਰ ਦੇਖੋ ਜੀ ਦੋ ਜਾਣੇ ਹਾਂਜੀ ਥੋੜਾ ਜਿਹਾ ਅੱਗੇ ਨੂੰ ਆ ਜਾਓ ਹਾਂਜੀ
ਇੱਥੇ ਰੁਕ ਜਾਓ ਜੀ ਇੱਥੇ ਰੁਕ ਜਾਓ ਕਰ ਲਓ ਭਾਜੀ ਆਪ ਠੀਕ ਹੈ ਜੀ ਲਾਤੀ 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 ਹਾਂਜੀ ਠੀਕ ਹੈ ਅੱਗੇ ਨੂੰ ਆ ਜਾਓ ਨਾਲ ਭਾਜੀ ਓਕੇ ਕਰਨੇ ਸੀ ਕੀ ਕਰਨਾ ਹਾਂਜੀ ਦੇਖਿਓ ਸਾਹਮਣੇ ਕੈਲਮਨ ਦੇਖਿਓ ਤਾਂ ਕਿੰਨੇ ਨੇ ਪਤਾ ਨਹੀਂ ਕੌਂਸੀ ਕੌਂਸੀ ਦੇ ਜਾਓ ਓਕੇ ਜੀ ਇੱਧੇ ਰਿਓ ਜੀ ਬੈਠਣਾ ਭਾਜੀ ਇੱਧੇ ਠੀਕ ਹੈ ਹਾਂਜੀ ਯੈਸ ਪਲੀਜ਼ ਠੀਕ ਹੈ ਜੀ ਮੈਡਮ ਮੈਡਮ ਹੱਥ ਨਾ ਉਹਨੂੰ ਖੜੀ ਨਾ ਜਾਲੀ ਜੀ ਥੱਲੇ ਬਿਠਾ ਲਓ ਭਾਈ ਥੋੜ੍ਹੇ ਅੱਗੇ ਆ ਜਾਓ ਅੱਗੇ ਆਜੋ ਥੋੜ੍ਹੇ ਅੱਗੇ ਆ ਜਾਓ ਭਾਜੀ ਇੱਥੇ ਨਾਲ ਹਾਂਜੀ ਠੀਕ ਹੈ ਬੱਚੇ ਇੱਧਰ ਨਿਆਣਿਆਂ ਨੂੰ ਅੱਗੇ ਲਾ ਲਓ ਭਾਜੀ ਨੂੰ ਉੱਥੇ ਲੈ ਹਾਂਜੀ ਨਹੀਂ ਨਹੀਂ ਸਹੀ ਹਾਂਜੀ ਸਾਹਮਣੇ ਵੇਟ ਕਰਿਓ ਇੱਦਾਂ ਹੀ ਯੈਸ ਪਲੀਜ਼ ਠੀਕ ਹੈ ਜੀ ਵੇਟ ਕਰਨੀ ਜੀ ਇਹਦੇ ਦੇਖਣਾ ਸਾਹਮਣੇ ਇਹਦੇ ਸਾਹਮਣੇ ਜੀ ਓਕੇ ਇੱਧਰ ਦੇਖੋ ਜੀ ਤੁਸੀਂ ਇੱਧਰ ਦੇਖੋ ਉਹ ਕੋਈ ਗੱਲ ਨਿਆਣਿਆਂ ਨੂੰ ਲੱਗੇ ਰਹਿੰਦੋ ਐਲਬਮ ਚਾਹ ਲੱਗਣੀ ਤੁਸੀਂ ਇੱਧਰ ਦੇਖੋ ਹੈ ਨਹੀਂ ਹੈਗਾ ਸੀ ਦੇਖਾਂ ਦੇ ਕੰਮ ਜੀ ਸੋਲਾ ਚੱਟਾ ਪਿਛਲੇ ਬੰਨੇ ਬੈਠੋ ਉੱਦਾਂ ਹੋ ਕੇ ਭਾਅ ਜੀ ਨਾਲ ਜੋ ਹਾਂਜੀ ਇੱਧਰ ਸਾਹਮਣੇ ਵੇਟ ਕਰਨੀ ਤਾਂ ਦੇਖਿਓ ਵੀ ਚੁੰਨੀ ਇੱਦਾਂ ਕਰੋ ਥੋੜ੍ਹੀ ਜਿਹੀ ਆਪ ਚੁੰਨੀ ਕਰੋ ਥੋੜ੍ਹੀ ਗਲੇ ਤੋਂ ਸਹੀ ਕਰੋ ਗਲੇ ਤੋਂ ਮਾੜੀ ਜਿਹੀ ਖਿੱਚ ਦਿਓ ਹਾਂਜੀ ਠੀਕ ਹੈ ਹਾਂਜੀ ਦੇਖਣਾ ਭਾਅ ਜੀ ਥੋੜ੍ਹਾ ਬਸ ਠੀਕ ਥੋੜ੍ਹਾ ਘਟਾ ਲਓ ਭਾਅ ਜੀ ਨਾਲ ਹੋ ਜਾਓ ਇੱਧਰ ਹਾਂਜੀ ਠੀਕ ਹੈ ਜੀ ਇੱਧਰ ਦੇਖਣਾ ਯੈਸ ਪਲੀਜ਼ ਆ ਜਾਓ ਬੀ ਜੀ ਆ ਜਾਓ ਇੱਧਰ ਲਾ ਜਾਓ ਬੰਨੇ ਆਓ ਲਾਡੀ ਭਾਅ ਜੀ ਸੋਫੇ ਦੇ ਨਾਲ ਠੀਕ ਹੈ ਆ ਜੀ ਅੱਗੇ ਨੂੰ ਹਾਂਜੀ ਦੇਖਣਾ ਵੇਟ ਕਰਨਾ ਜੀ ਇੱਦਾਂ ਹੀ ਹੋਣ ਲੱਗਾ ਹਾਂਜੀ ਰੈਡੀ ਹਾਂਜੀ ਇੱਧਰ ਦੇਖਿਓ ਸਾਹਮਣੇ ਭਾਅ ਜੀ ਇੱਧਰ ਵੇਟ ਕਰਨੀ ਮੈਮ ਥੋੜ੍ਹਾ ਫੀਸ ਇੱਧਰ ਹਾਂਜੀ ਇੱਧਰ ਸਾਹਮਣੇ ਓਕੇ ਇੱਧਰ ਰੱਖਣਾ ਇੱਧਰ ਰੱਖਣਾ ਯੈਸ ਹਾਂਜੀ ਦੇਖਣਾ ਭਾਈ ਸਾਹਮਣੇ ਇੱਧਰ ਇੱਧਰ ਰੱਖਣਾ ਤੁਸੀਂ ਹਾਂਜੀ ਠੀਕ ਹੈ ਜੀ ਸਿੱਧੀ ਵਾਲੀ ਲੱਗ ਜਾਵੇ ਉਹ ਬਹੁਤ ਲੱਗਣੀ ਹੈ ਬਹੁਤ ਲੱਗ ਬੱਚੇ ਨੂੰ ਮਾੜਾ ਇੱਧਰ ਕਰੋ ਆਪਣੇ ਹਾਂਜੀ ਇੱਧਰ ਦੇਖਿਓ ਸਾਹਮਣੇ ਇੱਧਰ ਸਾਹਮਣੇ ਭਾਈ ਥੋੜ੍ਹਾ ਇੱਦਾਂ ਗੱਲ ਆਪਣੇ ਆਪ ਦਿੰਦੀ ਉਦੋਂ ਰੁਕਿਓ ਇੱਕ ਮਿੰਟ ਰੁਕਿਓ ਠੀਕ ਹੈ ਹਾਂਜੀ ਦੇਖਣਾ ਸਾਹਮਣੇ ਆਪਣੇ ਧਿਆਨ ਵੀ ਦੇਖਣਾ ਵਾ ਪਤਾ ਹੀ ਆ ਬਹੁਤ ਸਿੱਧੇ ਹਾਂਜੀ ਇੱਕ ਮਿੰਟ ਜੀ ਵੀ ਜੀ ਪਿੱਛੇ ਹੋਇਓ ਮਾੜਾ ਜਿਹਾ ਆ ਜਾਓ ਕੋਈ ਨਹੀਂ ਕੋਈ ਨਹੀਂ ਹਾਂਜੀ ਰੈਡੀ ਠੀਕ ਹੈ ਜੀ ਆ ਜਾਓ
ਮਾੜੀ ਚੁੰਨੀ ਮਾੜੀ ਪਿੱਛੇ ਕਰ ਲਿਓ ਅੱਖ ਤੋਂ ਮਾੜੀ ਜੀ ਪਿੱਛੇ ਕਰ ਲਿਓ ਹਾਂਜੀ ਠੀਕ ਹੈ ਇੱਧਰ ਦੇਖਿਓ ਪਹਿਲਾਂ ਮਾੜਾ ਨਾਲ ਦੇਖਿਓ ਹਾਂਜੀ ਇੱਧਰ ਇੱਧਰ ਸਾਹਮਣੇ ਸਾਢੇ ਸੱਤ ਸੌ ਤੱਕ ਨਹੀਂ ਹਾਂਜੀ ਦੇਖੋ ਸਹੀ ਠੀਕ ਹੈ ਜੀ ਸਾਢੇ ਸੱਤ ਸੌ ਹੀ ਚਲਾਇਆ ਪਹਿਲਾਂ ਹੈ ਨਾ ਸਾਢੇ ਸੱਤ ਸੌ ਬਾਅਦ ਫੋਨ ਛੱਡ ਕੇ ਨਾ ਮੈਂ ਕੈਨਨ 'ਚ ਆ ਗਿਆ ਉਹੀ ਵੀ ਹੁਣ ਜਦੋਂ ਦੁਬਾਰਾ ਚਲਾਉਣੇ ਪੈਂਦੇ ਆ ਨਾ ਉਹ ਹੁਣ ਚਲਾਇਆ ਇਹ 'ਚ ਚਾਰ ਵਾਈਟ ਬੈਲੈਂਸ ਸੈੱਟ ਹੋ ਜਾਂਦੇ ਇੱਕੋ ਵਾਰੀ ਸਵਿੱਚ ਤੋਂ ਹੀ ਚਾਰ ਤਰ੍ਹਾਂ ਦਾ ਇੱਕ ਵਾਰੀ ਜੇ ਸੈੱਟ ਹੋ ਇੱਕ ਵਾਈਟ ਬੈਲੈਂਸ ਕੱਢ ਲੈਣਾ ਮੰਨ ਲਓ ਇੱਕ ਕੈਲੀਵਨ 'ਤੇ ਸੈੱਟ ਕਰ ਲੈਣਾ ਆ ਜਾਓ ਇੱਧਰ ਭਾਅ ਜੀ ਆ ਕੁੜੀਆਂ ਨੂੰ ਬਿਠਾਓ ਇੱਕ ਇੱਕ ਚਾਰ ਹੋ ਗਏ ਇੱਕ ਇੱਕ ਜਾਣੀ ਬੈਠ ਜਾਓ ਨਹੀਂ ਉਹਨੂੰ ਬਿਠਾ ਲਓ ਨਾ ਚਲਾਇਆ ਨਾ ਇਹ ਹੋ ਸਕਦਾ ਚੇਤਾ ਭੁੱਲ ਗਿਆ ਸੀਗਾ ਬਾਈਕ ਚਲੇ ਸਕਦਾ ਦਿੱਕਤ ਆ ਕਿੱਥੇ ਹੋ ਹਾਂ ਬਿਠਾ ਦਿਓ ਇੱਦਾਂ ਬਸ ਠੀਕ ਹੈ ਦੇਖਿਓ ਉਹਨੇ ਫੜ ਲਓ ਭਾਅ ਜੀ ਮਗਰ ਹੀ ਫੜ ਲਓ ਜੀ ਫੜ ਲਓ ਭਾਅ ਜੀ ਥੋੜਾ ਬੈਕ ਸੋ ਜਾਓ ਬੈਕ ਹੋ ਜਾਓ ਥੋੜਾ ਬੈਕ ਟਾਈਮ ਟੂ ਸੈਟ ਲੈ ਕੇ ਆਇਆ ਮੈਂ ਕਹਿ ਰਿਹਾ ਲੱਗੀ ਜਿਹੜੀ ਕੈਲੀ ਕਰਨੀ ਚਾਹੀਦੀ ਠੀਕ ਹੈ ਭਾਈ ਆਂਟੀ ਤੁਸੀਂ ਇੱਧਰ ਆਓ ਮੈਡਮ ਅੰਦਰ ਆਓ ਤੁਸੀਂ ਭਾਜੀ ਬਾਹਰਲੀ ਸਾਈਡ ਤੇ ਆ ਜਾਓ ਤੁਸੀਂ ਅੱਗੇ ਨੂੰ ਆ ਮੈਡਮ ਅੱਗੇ ਨੂੰ ਆ ਜਾਓ ਅੱਗੇ ਨੂੰ ਭਾਅ ਜੀ ਆ ਜਾਓ ਅੱਗੇ ਆ ਜਾਓ ਮੇਰਾ ਵੀ ਬਾਹਰ ਠੀਕ ਆ ਸਹੀ ਆ ਜੀ ਤੁਸੀਂ ਘੁੰਮੋ ਇੱਧਰ ਨੂੰ ਇੱਧਰ ਇਸ ਪਾਸੇ ਨੂੰ ਘੁੰਮ ਜਾਓ ਇਸ ਪਾਸੇ ਹਾਂ ਬਸ ਠੀਕ ਹੈ ਠੀਕ ਹੈ ਕੋਈ ਹਾਂਜੀ ਮਾੜਾ ਜਿਹਾ ਇੱਧਰ ਨੂੰ ਇੱਧਰ ਦੇਖਣਾ ਸਾਰੇ ਜਣੇ ਓਕੇ ਇੱਧਰ ਦੇਖਣਾ ਸਾਹਮਣੇ ਭਾਅ ਜੀ ਵੇਟ ਕਰਨੀ ਇੱਦਾਂ ਦੇਖਿਓ ਇੱਧਰ ਵੇਟ ਕਰਿਓ ਇੱਧਰ ਸਾਹਮਣੇ ਵੇਟ ਪੀਸ ਇੱਥੇ ਸਾਹਮਣੇ ਵੇਟ ਵੇਟ ਹਾਂਜੀ ਰੁਕੇ ਰੁਕੇ ਭਾਅ ਜੀ ਹਾਂਜੀ ਦੇਖਣਾ ਸਾਹਮਣੇ ਵੇਟ ਕਰਨਾ ਇੱਕ ਵਾਰੀ ਹੋਏ ਹਾਂਜੀ ਇੱਕ ਮਿੰਟ ਹਾਂਜੀ ਦੇਖਣਾ ਸਾਹਮਣੇ ਵੇਟ ਕਰਨਾ ਜੀ ਇੱਦਾਂ ਹੀ ਯੈਸ ਪਲੀਜ਼ ਠੀਕ ਹੈ ਭਾਅ ਜੀ ਆ ਜਾਓ ਹਾਂਜੀ ਹਾਂਜੀ ਉਹ ਜੋ ਨਾਲ ਮਾੜਾ ਜਿਹਾ ਜੀ ਨਾਲ ਆ ਜਾਓ ਮਾੜਾ ਸੋਫੇ ਦੇ ਅੱਗੇ ਨੂੰ ਇੱਧਰ ਦੇਖਿਓ ਜੀ ਸਾਹਮਣੇ ਖਿੱਚੋ ਭਾਅ ਜੀ ਹਾਂਜੀ ਇੱਧਰ ਥੋੜ੍ਹੀ ਚੁੰਨੀ ਕਰਿਓ ਜੀ ਅੱਗੇ ਕੱਢ ਲਓ ਹਾਂਜੀ ਗਲੇ ਤੋਂ ਕਰ ਲਓ ਮਾੜਾ ਜੀ ਹਾਂਜੀ ਰੈਡੀ ਠੀਕ ਹੈ ਜੀ ਹਾਂਜੀ ਓਕੇ ਖਿੱਚੀ ਬੈਠ ਕੇ ਇੱਕ ਬੈਠ ਕੇ ਖਿਚਾ ਲਿਓ ਉਹਦਾ ਸੋਫੇ ਦੇ ਨਾਲ ਆਓ ਉੱਧਰ
ਚੁੰਨੀ ਥੋੜੀ ਥੱਲੇ ਕਰੋ ਹਾਂਜੀ ਇੱਧਰ ਸਾਹਮਣੇ ਭਾਜੀ ਹਾਂਜੀ ਇੱਧਰ ਸਾਹਮਣੇ ਵੇਟ ਇੱਧਰ ਸਾਹਮਣੇ ਇੱਧਰ ਕਿਹਦੀ ਹਾਂਜੀ ਇੱਧਰ ਕੋਈ ਨਹੀਂ ਆਉਂਦੀ ਇੱਧਰ ਬੁੱਤਰ ਹਾਂਜੀ ਦੇਖਣਾ ਸਾਹਮਣੇ ਯੈਸ ਪਲੀਜ਼ ਹਾਂਜੀ ਠੀਕ ਹੈ ਜੀ ਹਾਂ ਦੇਖ ਇੱਥੇ ਇੱਥੇ ਸ਼ਾਬਾਸ਼ ਠੀਕ ਹੈ ਬਹੁਤ ਸੋਹਣੀ ਖਿਚਾਈ ਫੋਟੋ ਖੜ ਕੇ ਸੈਲਫੀਆਂ 'ਤੇ ਖਿਚਾਈ ਹੋਣੀ ਆ ਜੀ ਜੀ ਫੋਨ ਦਾ ਰਾਜ ਆ ਠੀਕ ਹੈ ਆਜਾ 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 ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਅੱਛਾ ਨਾਲ ਖਜਾਣੀ ਹੈ ਭਾਜੀ ਦੇਖੋ ਸਾਹਮਣੇ ਭਾਜੀ ਇੱਧਰ ਦੇਖੋ ਬਿਠਾ ਲਓ ਨਾਲ ਬਿਠਾ ਲਓ ਨਹੀਂ ਪਿੱਛੇ ਨਹੀਂ ਬੈਠੇ ਇੱਥੇ ਆ ਜਾਣਾ ਠੀਕ ਹੈ ਹਾਂਜੀ ਦੇਖਣਾ ਸਾਹਮਣੇ ਠੀਕ ਹੈ ਕੋਈ ਨਹੀਂ ਹਾਂਜੀ ਦੇਖਣਾ ਸਾਹਮਣੇ ਜੀ ਸਾਹਮਣੇ ਤੁਸੀਂ ਇੱਧਰ ਦੇਖਾਂ ਇੱਧਰ ਇੱਧਰ ਹਾਂਜੀ ਤੁਸੀਂ ਇੱਧਰ ਦੇਖੋ ਇੱਧਰ ਕੋਈ ਨਹੀਂ ਹਾਂਜੀ ਇੱਧਰ ਠੀਕ ਹੈ ਵੇਟ ਬਾਬਾ ਜੀ ਵੇਟ 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 ਕਰਨੇ ਆ ਜਾਓ ਨਾਲ ਅੱਗੇ ਇੱਧਰ ਦੇਖਿਓ ਸਾਹਮਣੇ ਹਾਂਜੀ ਇੱਧਰ ਸਾਹਮਣੇ ਓਕੇ ਜੀ ਮਿਲਿਆ ਸਗੋਂ ਸੁਗਨ ਦੇ ਕੇ ਡਾਲੀਏ ਸਾਰੇ ਉੱਧਰ ਤੁਰ ਗਏ ਕਿਉਂ ਮੈਂ ਤਾਂ ਡਰੋਨ ਹਾਂਜੀ ਹਾਂਜੀ ਦੇਖਿਓ ਚਲੋ ਕਹਿ ਦੋ ਜਾਣੂ ਟੇਬਲ ਟੂਬਲ ਲਾ ਦੇ ਪਹਿਲੇ ਸਿੱਧੇ ਇੱਥੇ ਰੋਟੀ ਤੇ ਲੈ ਜਾਣੀ ਬੜੇ ਕੋਲ ਢਿੱਲਾ ਜਿਹਾ ਹੀ ਆ ਉਹ ਬੰਦਾ ਆਜੋ ਅੱਗੇ ਬਹਿ ਜਾਓ ਬਹਿ ਜਾਓ ਦੋ ਜਣੇ ਬਹਿ ਜਾਓ ਬਹਿ ਜਾਓ ਬਹਿ ਜਾਓ ਇੱਧਰ ਆ ਜਾਓ ਇੱਕ ਜਣਾ ਇੱਧਰ ਬਹਿ ਜਾਓ ਹਾਂਜੀ ਤੁਸੀਂ ਬਹਿ ਜਾਓ ਇੱਧਰ ਆ ਜਾਓ ਬੱਚੇ ਅੱਗੇ ਬੱਚੇ ਨੂੰ ਅੱਗੇ ਕਰ ਲਓ ਜਾਂ ਗੱਬੇ ਕਰ ਲਓ ਰੁਕਿਓ 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 ਇੱਦਾਂ ਨਾ ਨੰਗੀਆਂ ਕਰੋ ਭਾਜੀ ਹਾਂਜੀ ਤੁਸੀਂ ਇੱਧਰਲੇ ਬੰਨੇ ਆ ਜਾਓ ਇੱਧਰਲੇ ਇੱਧਰਲੇ ਬੰਨੇ ਪਾਣੀ ਪੀਣਾ ਮੁੰਡਾ ਹਾਂਜੀ ਇੱਥੇ ਦੇਖੋ ਸਾਹਮਣੇ ਹਾਂਜੀ ਇੱਧਰ ਸਾਹਮਣੇ ਦੇਖਿਓ ਥੋੜ੍ਹਾ ਫੇਸ ਸਿੱਧਾ ਕਰੋ ਸਿੱਧਾ ਕਰੋ ਫੇਸ ਕਾਕੇ ਭਾਜੀ ਇੱਧਰ ਸਾਹਮਣੇ ਵੇਟ ਕਰਨੀ ਇੱਦਾਂ ਹਾਂਜੀ ਦੇਖਣਾ ਇੱਧਰ ਹਾਂਜੀ ਯੈਸ ਵੇਟ ਕਰਨਾ ਯੈਸ ਸਟਡੀ ਠੀਕ ਹੈ ਜੀ ਦੇਖਿਓ ਹੱਸ ਕੇ ਇੱਕ ਦੂਜੇ ਵੱਲ ਦੇਖੋ ਇੱਦਾਂ ਹੱਸ ਕੇ ਉੱਠ ਜਾਓ ਛਕੋ ਭਾਜੀ ਤੁਸੀਂ ਛਕੋ ਠੀਕ ਹੈ ਜੀ ਇੱਕ ਸਨੈਪ ਕਰਾ ਦਿਓ ਸਰ ਆ ਜਾਓ ਭਾਜੀ ਨਾਲ ਘੁੰਮਿਓ ਦਾ
سندي ريس كده دي تمام بس I'm gonna make you mine.
Oh,
I'm
لاست ہے بھائی ہاں جی آجو آجو دو اندر گانی اپا I'm gonna go to the hospital.
ਸਪੈਸ਼ਲ ਬੋਲਿਆ ਤੁਹਾਡੇ ਲਈ ਆ ਜਾਓ ਅੱਗੇ ਤੁਸੀਂ ਜੋੜੀ ਆ ਜਾਓ ਬਈ ਭੂਣ ਅੱਜ ਭੂਣ ਅੱਜ ਵਿਆਹ ਵਾਲੇ ਮੁੰਡਿਆ ਉਹ ਬੰਦੇ ਬਈ 1100 ਦੀ ਮੇਲ ਕਰਾ ਬਈ ਭੂਣ ਅੱਜ ਭੂਣ ਅੱਜ ਵਿਆਹ ਵਾਲੇ ਮੁੰਡਿਆ ਉਹ ਬੰਦੇ ਬਈ 1100 ਦੀ ਮੇਲ ਕਰਾ ਬੈਠਾ ਰਹੀ ਮਰਿੰਦਰ ਲੈਟ ਚੱਕਤਾ ਪਾਸੇ ਹਜੇ ਉਦੇ ਰੱਖਣਾ ਭਾਜੀ ਹਜੇ ਕਮਾ ਲਓ ਦੋ ਕੁ ਮਿੰਟ ਆ ਬਸ ਆ ਸਹੀ ਕਰਿਓ ਬਹਿ ਜਾਓ ਭਾਜੀ ਅੱਗੇ ਨੂੰ ਹੋ ਕੇ ਮੋਹਰ ਮੈਡਮ ਅੱਗੇ ਆਓ ਥੋੜ੍ਹਾ ਨਾਲ ਆ ਬਸ ਜੀ ਨਾਲ ਹੋ ਜਾਓ ਨਾਲ ਨਾਲ ਦੇਖਿਆ ਇੱਥੇ ਸਾਹਮਣੇ ਦੇਖਿਓ ਬਸ ਮਾਸਟਰ ਚਲੋ ਬਿਠਾ ਲਓ ਇੱਕ ਵਾਰੀ ਫਿਰ ਦੁਬਾਰਾ ਦੇਖਿਓ ਜੀ ਇੱਥੇ ਪਲਾਸਟਿਕ ਆ ਵੀ ਤੋੜਨਾ ਲਿਓ ਐਦੀ ਰੱਖਿਓ ਜੀ ਬਸ ਠੀਕ ਆ ਜੀ ਹੁਣ ਨਾ ਮੂਵਮੈਂਟ ਨਾ ਕਰੋ ਹੁਣ ਦੇਖਿਓ ਯੈਸ ਓਕੇ ਜੀ ਪਲਾਓ ਦੁੱਧ ਪਲਾਓ ਪਹਿਲਾਂ ਭਾਜੀ ਨੂੰ ਪਲਾਓ ਇੱਧਰ
ਭਾਜੀ ਪੀਓ ਹਾਂਜੀ ਹਾਂਜੀ ਇੱਥੇ ਹੱਥ ਰੱਖ ਕੇ ਭਾਜੀ ਪੀਓ ਹਾਂਜੀ ਬਾਕੀ ਸਾਰੇ ਇੱਧਰ ਦੇਖੋ ਤੁਸੀਂ ਇਹਨਾਂ ਨੂੰ ਪਲਾਈ ਜਾਓ ਹਾਂਜੀ ਇੱਥੇ ਹੀ ਹੁੰਦਾ ਜੀ ਬਾਕੀ ਸਾਰੇ ਇੱਧਰ ਦੇਖੋ ਕੈਮਰੇ 'ਚ ਤੁਸੀਂ ਇਹਨਾਂ ਨੂੰ ਪਲਾਓ ਜੀ ਭਾਜੀ ਤੁਸੀਂ ਪੀਓ ਆਪੇ ਹਾਂ ਇੱਕ ਵਾਰੀ ਹੋਰ ਪੀਓ ਫੜ ਕੇ ਇੱਥੇ ਇੱਕਾ ਕੁਛ ਨਹੀਂ ਕਹਿੰਦਾ ਯਾਰ ਬਸ ਠੀਕ ਆ ਹੁਣ ਉਧਰ ਮੈਡਮ ਨੂੰ ਵੀ ਪਲਾ ਦਿਓ ਇਹ ਦੀਦੀ ਨੂੰ ਪਲਾ ਇੱਕੋ ਘੁੱਟ ਪੀਣਾ ਸੀ ਸਿਓ ਕੀੜ ਲਾਏ ਭਾਈ ਕੋਈ ਗੱਲ ਨਹੀਂ ਕਰਾ ਦਿੰਦੇ ਠੀਕ ਆ ਬਾਕੀ ਬਾਜਦਾ ਭੈਣਾ ਸੀ ਨਾ ਬਾਕੀ ਤੁਸੀਂ ਪੀਣਾ ਆ ਠੀਕ ਆ ओके हां सामने देखो जी सामने सामने देखो जी ਦਿਨਾਂ ਦਿਨਾਂ ਮਾ ਦਾ ਟੈਨਸ਼ਨ ਨਾ ਮੈਂ ਦੀ ਕਰ ਦੇ ਫੜਾ ਓਕੇ ਹੋ ਗਿਆ ਪਾਣੀ ਤੋਂ ਇੱਕ ਲੱਡੂ ਚੱਕ ਲਓ ਆਪਣਾ ਹੀ ਕੱਲ ਲੱਡੂੜੀ ਦੇ ਵੀਡੀਓ ਦੇਖੀ ਹੈ ਮਾਜੀ ਚਲ ਖਾ ਲਾ ਲੱਡੂ ਖਾ ਲਾ ਮੈਂ ਕਿ ਦੋਰਾ ਫੇਕ ਲਾ ਇਹ ਆਖਰੀ ਲੱਡੂ ਆ ਆਖਰੀ ਨਹੀਂ ਮੈਨੂੰ ਫੇਕ ਦਾ ਨਹੀਂ ਖਾ ਲਾ ਪਹਿਲਾਂ ਖਾ ਲਓ ਉਹਨੂੰ ਬਾਅਦ ਖਿੱਚਣੀ ਆ ਹੁਣ ਫੇਸ ਤੋਂ ਥੱਲੇ ਰੱਖੋ ਥੋੜਾ ਜਿਹਾ ਹਾਂਜੀ ਦੇਖਿਓ ਇੱਧਰ ਹੁਣ ਯਸ ਓਕੇ ਉਧਰ ਵੀ ਖਿਲਾ ਲਓ ਇਹ ਦੀਦੀ ਨੂੰ ਖਿਲਾ ਦਿਓ ਬਾਕੀ ਦੂੰਗਾ ਦਾ ਹਾਂਜੀ ਫੇਸ ਤੋਂ ਥੱਲੇ ਇੱਧਰ ਦੇਖਿਓ ਜੀ ਇੱਧਰ ਸਾਹਮਣੇ ਸਕਰੀਨ ਦਾ ਦੇਖਿਓ ਤੁਹਾਨੂੰ ਸਕਰੀਨ ਠੀਕ ਹੈ ਜੀ ਹਾਂ ਚੱਕ ਲਓ ਇੰਜ ਪੱਲਾ ਛਡਾ ਲਓ ਉਧਰੋਂ ਚੱਕ ਲਓ ਇੰਜ ਤੁਸੀਂ ਲੈ ਜਾਓ ਤੁਸੀਂ ਭਾਜੀ ਉੱਠ ਕੇ ਖੜੇ ਹੋ ਜਾਓ ਮੈਡਮ ਤੁਸੀਂ ਵੀ ਦੋਨੇ ਸਾਰੇ ਜਾਣੇ ਉੱਠ ਜਾਓ ਖੜੇ ਹੋ ਜਾਓ ਜਰਾ ਹੁਣੇ ਖਤਮ ਕਰੀ ਜਾਓ ਰੁਕੋ ਰੁਕੋ ਹਾਰ ਰੱਖਿਓ ਆ ਜਾਓ ਫੇਸ ਸਮਾਈਲ ਜਿਹਾ ਰੱਖੋ ਯੈਸ ਵਿੱਚ ਭਾਈ ਫੇਸ ਥੋੜ੍ਹਾ ਅੰਦਰ ਕਰੋ ਵਿੱਚ ਵਿੱਚ ਐਦੀ ਹਾਂਜੀ ਠੀਕ ਹੈ ਓਕੇ ਠੀਕ ਹੈ ਜੀ ਓਕੇ ਭਾਜੀ ਚਲੋ ਸਹੀ ਚਲੋ ਮਿਹਰਬਾਨੀ